ਤੇ ਜਿਹੜੇ ਜਿਹੜੇ ਹੈਗੇ ਫੇਕ ਵਿਊਆਂ ਵਾਲੇ ਉਹ ਕਈ ਵਾਰੀ ਸੋਚਦੇ ਹੈਗੇ ਆ ਵੀ ਸਾਡਾ 10 ਮਿਲੀਅਨ ਹੋ ਗਿਆ ਜਾਂ ਸਾਡਾ 15 ਮਿਲੀਅਨ ਹੋ ਗਿਆ ਪਰ ਗਾਣਾ ਕਿਸੇ ਦੇ ਸੁਣਿਆ ਹੀ ਨਹੀਂ ਹੁੰਦਾ ਤੁਸੀਂ ਦੇਖਿਆ ਕਿੰਨੇ ਗਾਣੇ ਆ ਬਹੁਤ ਦੁਨੀਆ ਤੇ ਤੁਸੀਂ ਅੱਜ YouTube ਤੇ ਕੱਢ ਕੇ ਦੇਖ ਲਓ 200 ਮਿਲੀਅਨ ਵੀ ਕਈ ਆਂਦੀ ਆ ਜੀ ਹੁਣ 300 ਮਿਲੀਅਨ ਵੱਡਾ ਕਰਕੇ ਲਿਖ ਮੈਂ ਹੈਰਾਨ ਆ ਵੀ ਮੈਂ ਹੀ ਨਹੀਂ ਕਦੇ ਸੁਣੇ ਉਹ ਗਾਣੇ ਨਵੇਂ ਮੁੰਡਿਆਂ ਨੂੰ ਵੀ ਕਈ ਵਾਰੀ ਉਹ ਜੱਕਦੇ ਸਾਨੂੰ ਬੁਲਾਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਭਾਜੀ ਨੂੰ ਪਤਾ ਨਹੀਂ ਹੋਣਾ ਮੇਰਾ ਪਰ ਮੈਂ ਉਹਨੂੰ ਕਈ ਵਾਰੀ ਨਿਆਣਿਆਂ ਨੂੰ ਕਹਿ ਦਿੰਦਾ ਵੀ ਕਾਕਾ ਤੇਰਾ ਨਾਂ ਨਹੀਂ ਆ ਤੇਰਾ ਫਲਾਨਾ ਗਾਣਾ ਬਹੁਤ ਚੰਗਾ ਮੈਂ ਬਹੁਤ ਸਾਰੇ ਆਰਟਿਸਟ ਪਹਿਲਾਂ ਵੀ ਦੇਖੇ ਜੀ ਉਹ ਕਹਿੰਦੇ ਜੀ ਸ਼ਰਾਬਾਂ ਪੀ ਕੇ ਜਾਂ ਸੂਟੇ ਲਾ ਕੇ ਗੋਰੇ ਗਾਉਂਦੇ ਗੋਰੇ ਜਿਹੜੇ ਨਾ ਸਟੇਜ 'ਤੇ ਜਾਣ ਤੋਂ ਪਹਿਲਾਂ ਮਤਲਬ ਨਸ਼ੇ ਕਰਕੇ ਜਾਂ ਜੇ ਉਹਦੇ ਕਰਕੇ ਸਾਡੇ ਵੀ ਜਿਹੜੇ ਕਈ ਜਿੱਦਾਂ ਗਰੁੱਪ ਜਾਂ ਕੋਈ ਮੁੰਡੇ ਉਹ ਡਰਿੰਕ ਡੁੰਕ ਕਰਕੇ ਪੀ ਕੇ ਜਾਂ ਕੋਈ ਇੱਦਾਂ ਦੀਆਂ ਗੱਲਾਂ ਬਾਤਾਂ ਨਸ਼ੇ ਕਰਕੇ ਸਟੇਜ 'ਤੇ ਜਾਣਾ ਮੈਂ ਉਹਨੂੰ ਕਿਹਾ ਜਿੱਦਾਂ ਤੂੰ ਗੋਰਿਆਂ ਨੂੰ ਇਹ ਤਾਂ ਚੀਜ਼ਾਂ ਤੁਸੀਂ ਫੋਲੋ ਕਰਦੇ ਆ ਕਿ ਮਤਲਬ ਤੁਸੀਂ ਉਹ ਸਿਗਰਟਾਂ ਪੀਂਦੇ ਆ ਜਾਂ ਉਹ ਡਰਿੰਕ ਕਰਕੇ ਸਟੇਜ 'ਤੇ ਜਾਂਦੇ ਜਾਂ ਕੁਛ ਕਰਦੇ ਉਹਨਾਂ ਦੀ ਟਾਈਮਿੰਗ ਵੀ ਤਾਂ ਦੇਖੋਗੇ ਬਜ਼ੁਰਗ ਬੀਬੀਆਂ ਪਤਾ ਨਹੀਂ ਕਿੰਨੇ ਲੋਕ ਦੇਖਦੇ ਆ ਕਿ ਉਹਨਾਂ ਨਾਲ ਅੱਖ ਚੱਕ ਪਾ ਕੇ ਗੱਲ ਕਰੋ ਜਿਵੇਂ ਕੈਮਰਾ ਸਾਡੀ ਅੱਖ ਆ ਨਾ ਕਿ ਤੁਸੀਂ ਐਨਕਾਂ ਲਾ ਕੇ ਰੱਖੋ ਵੀ ਹਾਂ ਮੈਂ ਤਾਂ ਚੁੱਪ ਸਟਾਰ ਆ ਮੈਂ ਇਹ ਆ ਮੇਰੇ ਕੋਲ ਇੰਨਾ ਸੋਨਾ ਆ ਮੇਰੇ ਕੋਲ ਗੱਡੀਆਂ ਆ ਮੇਰੇ ਕੋਲ ਇੰਨੇ ਪੈਸੇ ਆ ਅਤੇ ਅਗਲਾ ਕਹਿੰਦਾ ਯਾਰ ਸਾਨੂੰ ਇਸ ਗੱਲ ਨਾਲ ਕੀ ਸਾਨੂੰ ਤਾਂ ਕੋਈ ਗਾਣਾ ਚੰਗਾ ਸੁਣਾ ਤੇਰੇ ਗਾਣਾ ਤੇਰਾ ਚੱਲਦਾ ਨਹੀਂ ਇੱਕ ਗਾਣਾ ਆਇਆ ਸੀਗਾ ਹੋਪਾ ਗੰਡਨਸ ਦਾ ਉਹ ਕਿੰਨਾ ਚੜਿਆ ਗਾਣਾ ਆ ਦੇਖ ਲਓ ਉਹ ਬੰਦਾ ਹੀ ਨਹੀਂ ਮੁੜ ਕੇ ਨਜ਼ਰ ਆਇਆ ਉਪਰ ਦੇਖੋ ਤੁਸੀਂ ਕੱਲਾ ਨਿਆਣਾ ਗਾ ਰਿਹਾ ਐਗਜ਼ੈਕਟਲੀ ਜੋ ਮੈਂ ਦੇਖਿਆ ਦੂਜੀ ਕਸੀਡ ਤੇ ਪਿੱਛੇ ਮਾਧੁਰੀ ਦੀਕਸ਼ਿਤ ਬੈਠੀ ਉਹ ਚੈੱਕ ਦਿਸ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਪਤਾ ਉਹਨੇ ਕਿਹਾ ਸੀ ਸੈਡ ਆਮ ਮੈਂ ਤੁਹਾਡੀ ਬਹੁਤ ਵੱਡੀ ਫੈਨ ਮੈਂ ਜਦੋਂ ਲੰਡਨ ਜਾਂਦੀ ਹਾਂ ਮੈਂ ਤੁਹਾਡੀਆਂ ਸੀਡੀਆਂ ਲੈ ਕੇ ਆਉਂਦੀ ਮੈਂ ਕਿਹਾ ਹੇ ਮਾਲਕਾ ਇਹ ਇੱਥੋਂ ਤਾਂ ਹੀ ਗੱਲ ਪਹੁੰਚ ਗਈ ਅਸੀਂ ਢੋਲਕੀ ਤਬਲਾ ਨਹੀਂ ਵਜਾਉਣਾ ਇਹਦਾ ਮਤਲਬ ਡਰਾਮਾ ਤੇ ਗਾਤਾ ਤਾਂ ਮਾਡਰਨ ਨਹੀਂ ਹੈ ਉੱਦਾਂ ਦਾ ਗਾਣਾ ਵੀ ਤਾਂ ਹੋਣਾ ਚਾਹੀਦਾ ਗੋਰਿਆਂ ਦੇ ਤਾਂ ਗਾਣੇ ਹੀ ਬਹੁਤ ਸੌਖੇ ਆ ਫੀਲਿੰਗ ਹੌਟ ਹੌਟ ਜਾਂ ਕਹਿੰਦੇ ਆਈ ਲਾਈਕ ਟੂ ਮੂਵ ਇਟ ਮੂਵ ਇਟ ਯੂ ਲਾਈਕ ਟੂ ਮੂਵ ਇਟ ਉਹ ਮੁੰਡਾ ਦੇਖਦਾ ਉਹਨੂੰ ਕੁੜੀ ਘੜੀ ਘੜੀ ਫੋਨ ਨੂੰ ਟੱਚ ਕਰਦੀ ਆ ਕਦੇ ਇਹਦੇ ਤਰਾਦੀ ਉਹਨੂੰ ਅਫਸਾਹ ਨਹੀਂ ਖਾਂਦੀ ਉਹਨਾਂ ਗੱਲਾਂ ਜਿੱਦਾਂ ਕਰਦੀ ਤੇ ਕਿਸੇ ਦਾ ਜਦੋਂ ਫੋਨ ਆਇਆ ਉਹਨਾਂ ਗੱਲਾਂ ਕਰਦੀ ਹੈ ਤਾਂ ਫੋਨ ਨਾਲ ਮੁੰਡਾ ਸੋਚਦਾ ਕਾਸ਼ ਆਈ ਵਿਸ਼ ਮੈਂ ਤੇਰਾ ਫੋਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਗਰੇਵਾਲ ਫਰੋਮ ਰੈਡ ਐਫਐਮ ਐਂਡ ਟੁਡੇ ਆਈ ਐਮ ਸੋ ਐਕਸਾਈਟਡ ਮੇਰਾ ਐਕਸਾਈਟਮੈਂਟ ਦਾ ਕੋਈ ਆਈ ਕੈਨਟ ਇਵਨ tell you how excited I am because I am having a chance once again to interview the golden star the king of bhangra and hor jinna kosh bhi main kama kaati lagda hai inna nu introduce karn de vich but please give it up for the one and only Malkeet Singh ah sasika theek ho sasika ji haan ji mere vallo sarya nu pyar bhari sasika I am so excited so apa kai wari you know sadiyan galla baatan ho chukiyan haan ji haan ji par jinni var bhi main thonu mili ha ਇੱਕ ਗੱਲ ਤਾਂ ਮੈਂ ਕਹਿਣੀ ਆ ਹਾਂਜੀ ਕਿ ਤੁਸੀਂ ਰੀਨ ਨਹੀਂ ਬਦਲੇ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਹੜਾ ਪਾਣੀ ਕਿੱਥੋਂ ਪੀਨੇ ਆ ਬਟ ਯੂ ਲੁੱਕ ਫੋਰਐਵਰ ਯੰਗ ਓ ਥੈਂਕ ਯੂ ਇਹ ਕਿਵੇਂ ਆਈ ਵਾਂਟ ਟੂ ਨੋ ਐਂਡ ਆਈ ਐਮ ਪ੍ਰੀਟੀ ਸ਼ੋਰ ਜਿੰਨੇ ਵੀ ਸਾਡੇ ਲਿਸਨਰਸ ਜਾਂ ਜਿਹੜੇ ਵੀ ਸਾਨੂੰ ਦੇਖਦੇ ਆ ਉਹ ਵੀ ਸੋਚਦੇ ਹੋਣਗੇ ਹਾਂਜੀ ਬਹੁਤ ਹੀ ਯੰਗ ਲੱਗਦੇ ਹਮੇਸ਼ਾ ਹਾਂ ਥੈਂਕ ਯੂ ਜੀ ਬਹੁਤ ਮਿਹਰਬਾਨੀ ਤੁਹਾਡੀ ਕਿਉਂਕਿ ਮੈਨੂੰ ਲੱਗਦਾ ਤੁਹਾਡਾ ਪਿਆਰ ਆ ਤੁਹਾਡਾ ਸਤਿਕਾਰ ਆ ਤੁਸੀਂ ਮੈਨੂੰ ਜਿਉਂ ਸੁਣਨ ਲੱਗੇ ਆ ਜਦੋਂ ਗੁਰਪ੍ਰੀਤ ਕਿਸੇ ਤੱਕ ਨਾ ਕਿਸੇ ਦਾ ਕੰਮ ਚੰਮ ਚੱਲਦਾ ਹੋਵੇ ਕੋਈ ਵੀ ਬਿਜ਼ਨਸ ਹੋਵੇ ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਉਹਦੇ ਉੱਤੇ ਕਿੰਨੀ ਰੌਣਕ ਆ ਇਹਦਾ ਮਤਲਬ ਅੰਦਰੋਂ ਵੀ ਉਹ ਖੁਸ਼ ਆ ਸੋ ਮੈਨੂੰ ਲੱਗਦਾ ਕਿ ਜਦੋਂ ਤੋਂ ਤੁਸੀਂ ਮੈਂ ਗਾਉਣ ਲੱਗਿਆ ਉਦੋਂ ਤੋਂ ਹੀ ਤੁਸੀਂ ਓਨਾ ਹੀ ਪਿਆਰ ਦੇਈ ਜਾ ਰਹੇ ਹੋ ਅਤੇ ਉਹ ਮੇਰਾ ਹੌਂਸਲਾ ਜਿਹੜਾ ਨਾ ਮੈਨੂੰ ਆਲਵੇਜ਼ ਯੰਗ ਰੱਖਦਾ ਮੈਨੂੰ ਲੱਗਦਾ ਕਿ ਮੈਂ ਹਾਂ ਇਹਨਾਂ ਨੇ ਹੁਣ ਗੁਰਨੋਸ਼ਕ ਮਿੱਠਾ ਲਾਈਕ ਕੀਤਾ ਹੁਣ ਤੂੰ ਤੱਕ ਲਾਈਕ ਕੀਤਾ ਹੁਣ ਮਾਮਾ ਗੜਾ ਗ੍ਰੇਟ ਕੀਤਾ ਹੁਣ ਮੈਂ ਕੁਛ ਹੋਰ ਲੈ ਕੇ ਆਵਾਂ ਮੈਂ ਕੁਛ ਹੋਰ ਲੈ ਕੇ ਆਵਾਂ ਸੋ ਆਈ ਥਿੰਕ ਉਹ ਚੀਜ਼ ਮੈਨੂੰ ਐਨਕਰੇਜ ਕਰਦੀ ਹੈ ਯਾ ਤੁਸੀਂ ਫੋਰਐਵਰ ਯੰਗ ਐਂਡ ਆਈ ਥਿੰਕ ਜਿਹੜਾ ਹੁਣ ਜਦੋਂ ਮੈਂ ਕਿਹਾ ਕਿ ਤੁਸੀਂ ਦੇਖਣ ਨੂੰ ਵੀ ਯੂ ਲੁੱਕ ਸੋ ਯੰਗ ਯੂ ਫੋਰਐਵਰ ਯੰਗ ਪਰ ਤੁਹਾਡਾ ਜਿਹੜਾ 뮤직 ਆ ਬਲ ਵਾਟ ਯੂ ਮੀਨ ਦੇਖਣ ਨੂੰ ਮੈਂ ਹੈਗਾ ਹੀ ਯੰਗ ਆ ਨੋ ਬਟ ਇਵਨ ਯੂਰ 뮤직 ਜਿਹੜਾ ਤੁਹਾਡਾ 뮤직 ਹੈ ਓਕੇ ਹੁਣ ਪਹਿਲਾਂ ਮੈਂ ਸ਼ੁਰੂ ਕਰਨ ਲੱਗੀ ਆ ਕਾਲੀਆਣ ਕਦੋਂ ਓਕੇ ਉਹ ਵੀ ਤਾਂ ਕਰਕੇ ਜਿੰਨੇ ਵੀ ਡੀਜੇ ਉਹ ਵੀ ਤੁਸੀਂ ਲੈ ਕੇ ਆਏ ਆ
ਹੁਣ ਤੇ ਲੋਕ ਵੀ ਸਾਰੇ ਲੈ ਕੇ ਆਉਣ ਲੱਗ ਪਏ ਓ ਯਾ 100% 100 ਬਟ ਯੂ نو ਵਾਟ ਜਿੰਨੇ ਵੀ ਹੁਣ ਸਾਡੇ ਲਿਸਨਰਸ ਵੀ ਹੈਗੇ ਆ ਸਾਡੇ ਵਿਊਅਰਸ ਵੀ ਹੈਗੇ ਆ ਇਵਨ ਜਿੰਨੇ ਡੀਜੇ ਵੀ ਜਿਨ੍ਹਾਂ ਨੂੰ ਵੀ ਮੈਂ ਜਾਣਦੀ ਹਾਂ ਸਾਰੇ ਕਹਿੰਦੇ ਕਿ ਜਿਹੜੇ ਕਾਲੀ ਐਨਕ ਦਾ ਗਾਣਾ ਹੈ ਇਹ ਦੋ ਤਿੰਨ ਵਾਰੀ ਤਾਂ 4 ਘੰਟਿਆਂ ਦੇ ਵਿੱਚ ਲੱਗਦਾ ਹੀ ਲੱਗਦਾ ਇਹ ਗਾਣਾ ਇੰਨਾ ਕਮਾਲ ਦਾ ਸੀ ਤੁਹਾਡੇ ਐਕਸਪੈਕਟੇਸ਼ਨਸ ਕੀ ਸੀ ਜਦੋਂ ਤੁਸੀਂ ਕਾਲੀ ਐਨਕ ਗਾਣਾ ਬਣਾਇਆ ਮੈਂ ਸੋਚਦਾ ਹੁੰਦਾ ਸੀ ਕਿ ਕੁੜੀਆਂ ਨਾ ਕਾਲੀ ਐਨਕ ਨਾ ਲਾਇਆ ਕਰਨ ਮੈਂ ਕਿਹਾ ਸੀ ਕਾਲੀ ਐਨਕ ਨਾ ਲਾਇਆ ਕਰ ਕਿਉਂਕਿ ਤੂੰ ਪਹਿਲਾਂ ਹੀ ਸੋਹਣੀ ਉਹ ਵੀ ਗੱਲ ਸੀ ਪਰ ਮੈਂ ਜਦੋਂ ਲਿਖਦਾ ਸੀਗਾ ਉਦੋਂ ਮੈਨੂੰ ਇਹ ਲੱਗਿਆ ਕਿ ਯਾਰ ਮੈਂ ਕਾਲੀ ਐਨਕ ਲਿਖਣ ਤਾਂ ਲੱਗ ਗਿਆ ਪਰ ਮੈਨੂੰ ਚਾਹੀਦੀਆਂ ਦੋ ਲਾਈਨਾਂ ਜਿਹਦੇ ਵਿੱਚ ਮੈਂ ਐਕਸਪਲੇਨ ਕਰ ਸਕਾਂ ਕਿ ਮਤਲਬ ਕਾਲੀ ਐਨਕ ਕਿਉਂ ਨਾ ਕਾਲੀ ਐਨਕ ਵਾਏ ਕਿਉਂ ਨਹੀਂ ਕਿਉਂ ਨਾ ਲਾਵੇ ਫਿਰ ਮੈਂ ਕਿਹਾ ਕਾਲੀ ਐਨਕ ਨਾਲ ਨਹੀਂ ਤੇਰੀਆਂ ਅੱਖਾਂ ਨੇ ਇਹਨੂੰ ਵੇਖਣਾ ਚਾਹੁੰਦੇ ਲੱਖਾਂ ਤੂੰ ਅੱਖਾਂ ਕਿਉਂ ਛਪਾਉਣੀਆਂ ਜਿਹੜੀਆਂ ਤੇਰੀਆਂ ਅੱਖਾਂ ਆ ਉਹ ਕਾਲੀਆਂ ਸ਼ੀਸ਼ਿਆਂ ਦੇ ਪਿੱਛੇ ਚੱਲ ਜਾਂਦੀਆਂ ਮੀਨਿੰਗਫੁਲ ਗੱਲਾਂ ਮੈਂ ਬਹੁਤ ਲਿਖੀਆਂ ਮੈਂ ਸੋਚਦਾ ਸੀਗਾ ਕਿ ਅੱਜ ਕੱਲ੍ਹ ਜਿਹੜਾ ਮਿਊਜ਼ਿਕ ਚੱਲਦਾ ਨਾ ਉਹ ਮੀਨਿੰਗਲੈਸ ਜਿਹਾ ਹੋ ਗਿਆ ਕੋਈ ਪਤਾ ਨਹੀਂ ਲੱਗ ਰਿਹਾ ਬੰਦਾ ਗਾ ਕੇ ਕਰ ਰਿਹਾ ਉਹਦੀ ਵਰਡਿੰਗ ਕੀ ਆ ਕਿਹਦੇ ਵਿੱਚ ਮੈਂ ਇੱਦਾਂ ਦੀ ਵਰਡਿੰਗ ਪਾਵਾਂ ਇੱਕ ਤਾਂ ਸਿੰਪਲ ਹੋਵੇ ਔਰ ਕਿਉਂਕਿ ਮੇਰਾ ਖੁਦ ਲਿਖਿਆ ਇਹ ਕਿ ਮੈਂ ਇੱਦਾਂ ਦੀ ਵਰਡਿੰਗ ਪਾਵਾਂ ਕਿ ਸਿੰਪਲ ਹੋਵੇ ਬੱਚੇ ਤੋਂ ਲੱਗ ਕੇ ਬਜ਼ੁਰਗ ਨੂੰ ਪਸੰਦ ਕਰ ਸਕਣ ਔਰ ਦੂਜੀ ਗੱਲ ਮੈਂ ਕੁੜੀਆਂ ਨੂੰ ਜਿਹੜੀਆਂ ਜਿਹੜੀਆਂ ਉਹ ਚੀਜ਼ਾਂ ਕਰਦੀਆਂ ਉਹਨਾਂ ਤੋਂ ਹਟਾਇਆ ਦੇਖੋ ਬਿਊਟੀ ਪਾਰਲਰ ਨਾ ਜਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਆ ਬਣ ਠਣ ਕੇ ਬਾਹਰ ਨਾ ਜਾਇਆ ਕਰਨੀ ਤੂੰ ਪਹਿਲਾਂ ਹੈ ਨਾ ਬਹੁਤੀ ਮੇਕਅਪ ਨਾ ਲਾਇਆ ਕਰ ਤੂੰ ਪਹਿਲਾਂ ਸੋਹਣੀ ਆ ਸੋ ਉਹ ਮੈਨੂੰ ਲੱਗਦਾ ਉਹਨਾਂ ਕੁੜੀਆਂ ਨੂੰ ਸਾਰੀਆਂ ਨੂੰ ਬਹੁਤ ਚੰਗਾ ਲੱਗਿਆ ਐਂਡ ਅਦਰ ਥਿੰਗ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਇੱਕ ਨਿਊਟਰਲ ਜਿਹਾ ਗਾਣਾ ਆ ਜਿਹੜੇ ਬੱਚੇ ਆ ਉਹ ਆਪਣੀ ਮੰਮੀ ਦੇ ਐਨਕਾਂ ਲਾ ਕੇ ਵੀ ਉਹਨੂੰ ਕਹਿੰਦੇ ਨਹੀਂ ਤੂੰ ਕਾਲੀ ਐਨਕ ਲਾਇਆ ਤੂੰ ਪਹਿਲਾਂ ਹੀ ਸੋਹਣਿਆ ਨਾ ਸੋ ਇਹ ਗਾਣਾ ਜਿਹੜਾ ਸਾਰਿਆਂ ਨੂੰ ਅਪੀਲ ਕੀਤਾ ਬੱਚੇ ਤੋਂ ਲਾ ਕੇ ਬਜ਼ੁਰਗ ਤੱਕ ਦੈਟਸ ਵਾਈ ਮੈਨੂੰ ਲੱਗਦਾ ਸੁਪਰ ਡੁਪਰ ਹਿੱਟ ਰਿਹਾ ਹੈ ਐਗਜੈਕਟਲੀ ਐਂਡ ਯੂ ਨੋ ਇਹ ਗਾਣੇ ਇਹ ਜੇ ਗਾਣੇ ਦੀ ਆਪਾਂ ਗੱਲ ਕਰੀ ਤੁਸੀਂ ਮੈਂਸ਼ਨ ਕੀਤਾ ਸੀ ਕਿ ਗਾਣਾ ਤੁਸੀਂ ਆਪ ਲਿਖਿਆ ਹਾਂਜੀ ਐਂਡ One thing I think main bhi keh sakdi hai sade viewers bhi agree kar sakde hai ke I think music industry de vich hun time bhi change ho reha hai hun music is changing paame assi punjabi music dekh liye ja bollywood de vich dekh liye ya even mainstream de vich dekh liye sara music badal hi janda hai ਐਂਡ ਮੈਨੂੰ ਲੱਗਦਾ ਕਿ ਜਿਹੜਾ ਕੁਆਲਿਟੀ ਹੁੰਦਾ ਸੀ ਉਹ ਥੋੜ੍ਹਾ ਜਿਹਾ ਘੱਟ ਗਿਆ ਹੈ ਐਂਡ ਆਈ ਫੀਲ ਲਾਈਕ ਕਿ ਹੁਣ ਜਦੋਂ ਸ਼ੈਲਫ ਲਾਈਫ ਆਪਾਂ ਗਾਣੇ ਦੀ ਦੇਖੀਏ ਪਹਿਲਾਂ ਤਾਂ ਗਾਣੇ 4-5 ਮਿੰਟ ਦੇ ਹੁੰਦੇ ਸੀ ਹੁਣ ਗਾਣਾ 1 ਮਿੰਟ 30 ਸੈਕਿੰਡ ਦਾ ਮਸੀ ਕਿਤੇ ਹੁੰਦਾ ਹੈ 2 ਮਿੰਟ ਦਾ ਮਸੀ ਕਿਤੇ ਹੁੰਦਾ ਹੈ ਪਰ ਉਹ 1 ਦਿਨ ਆਉਂਦਾ ਹੈ 2 ਦਿਨ ਚੱਲਦਾ 3ਜੇ ਦਿਨ ਗਾਇਬ ਬਿਲਕੁਲ ਸੋ ਆਹ ਜਿਹੜਾ ਗਾਣਾ ਤੁਸੀਂ ਕਾਲੀ ਐਨਕ ਰਿਲੀਜ਼ ਕੀਤਾ ਹੈ ਆਈ ਵਾਜ਼ ਸੱਚ ਅ ਹਿਊਜ ਫੈਨ ਆਫ ਦ ਸੌਂਗ ਕਿਉਂਕਿ ਕੁਆਲਿਟੀ ਸੀ ਲਿਰਿਕਸ ਦੇ ਵਿੱਚ ਵੀ ਸੀ ਮੀਨਿੰਗ ਸੀ ਮਤਲਬ ਸੀ ਮੈਂ ਕਿਦਾਂ ਗੁਰਪ੍ਰੀਤ ਮੈਂ ਉਹਨਾਂ ਨੂੰ ਮੈਂ ਉਹਨੂੰ ਕਿਹਾ ਸਿਰ ਤੋਂ ਚੁੰਨੀ ਨਾ ਲਾ ਕਰ ਐਡੀ ਨੇਰੀ ਦੇ ਐਡੀ ਮਤਲਬ ਕੋ ਬੰਦੇ ਗੱਲ ਕਹਿ ਸਕਦਾ ਸੂਟ ਪਟਿਆਲਾ ਸਜੇ ਤੈਨੂੰ ਵਾਲਾ ਹਰ ਚੀਜ਼ ਮੈਂ ਉਹਨੂੰ ਅੱਛਾ ਫਿਰ ਦੂਜੀ ਗੱਲ ਉਹਦੀ ਵੀਡੀਓ ਦੀ ਗੱਲ ਸੀ ਕਿ ਵੀਡੀਓ ਦੇ ਵਿੱਚ ਵੀ ਅਸੀਂ ਜਿਹੜਾ ਅੱਜ ਜਿੱਦਾਂ ਤੁਸੀਂ ਦੇਖਿਆ ਸਾਰਿਆਂ ਨੇ ਵੀਡੀਓ ਉਹ ਇੱਕ ਫੈਮਿਲੀ ਪਰਿਵਾਰਕ ਵੀਡੀਓ ਬਣਾਈ ਉਹ 'ਚ ਕੁੜੀਆਂ ਦੇ ਜਿਹੜੇ ਪ੍ਰੋਪਰ ਸੂਟ ਪਾ ਕੇ ਉਹ ਇੰਨਾ ਸੋਹਣਾ ਉਹਨਾਂ ਨੇ ਡਾਂਸ ਕੀਤਾ ਸੋ ਕਹਿਣ ਦਾ ਮਤਲਬ ਸਾਨੂੰ ਜਿਹੜੇ ਰਾਈਟਰ ਆ ਜਾਂ ਸਿੰਗਰ ਆ ਨਾ ਉਹਨਾਂ ਨੂੰ ਸਬਜੈਕਟ ਜਿਵੇਂ ਤੁਸੀਂ ਕਿਹਾ ਮਿਊਜ਼ਿਕ ਬਦਲ ਗਿਆ ਮਿਊਜ਼ਿਕ ਇਸ ਦਾ ਇੱਕ ਫੈਸ਼ਨ ਹੈ ਜਿੱਦਾਂ ਫੈਸ਼ਨ ਚੇਂਜ ਹੁੰਦਾ ਰਹਿੰਦਾ ਜਿਹੜੇ ਕੱਪੜੇ ਅੱਜ ਤੋਂ 2 ਸਾਲ ਪਹਿਲਾਂ ਆਪਾਂ ਪਾਉਂਦੇ ਸੀ ਉਹ ਅੱਜ ਹੀ ਆਪਣੀ ਅਲਮਾਰੀਆਂ 'ਚ ਪਏ ਤਾਂ ਹੈਗੇ ਆ ਪਰ ਆਪਾਂ ਉਹਨਾਂ ਨੂੰ ਪਾਉਂਦੇ ਨਹੀਂ ਜ਼ਿਆਦਾ ਵੀ ਇਹ ਹੁਣ ਥੋੜ੍ਹੇ ਇਹ ਫੈਸ਼ਨ 'ਚ ਨਹੀਂ ਹੈ ਨਾ ਸੋ ਮਿਊਜ਼ਿਕ ਵੀ ਜਿਹੜਾ ਉਹਨੂੰ ਅਪਡੇਟ ਕਰਨ ਦੇ ਲਈ ਜਦੋਂ ਹੁਣ ਪੁਰਾਣੀਆਂ ਪਹਿਲਾਂ ਬੋਲੀਆਂ ਹੁੰਦੀਆਂ ਸੀ ਅਸੀਂ ਹੋਰ ਫੋਕ ਮਿਊਜ਼ਿਕ ਦੀਆਂ ਗੱਲਾਂ ਕਰਦੇ ਹੁੰਦੇ ਸੀ ਫੋਕ ਗੱਲ ਕਰਦੇ ਹੁੰਦੇ ਸੀ ਹੈ ਨਾ ਲਫ਼ਜ਼ ਬਦਲ ਗਏ ਹੁਣ ਸੈਲਫੀ ਬੋਲੀਆਂ ਆ ਗਈਆਂ ਹੁਣ ਕਾਲੀ ਐਨਕ ਆ ਗਈ ਹੁਣ ਮੋਬਾਈਲ ਫੋਨ ਦੇ ਗਾਣੇ ਆ ਗਏ ਹੁਣ ਫੇਸਬੁੱਕਾਂ ਦੇ ਗਾਣੇ ਆ ਗਏ ਕਿਉਂਕਿ ਹੁਣ ਉਸ ਤਰੀਕੇ ਨਾਲ ਸਾਨੂੰ ਬਦਲਣਾ ਪਊਗਾ ਅਤੇ ਜਦੋਂ ਬਦਲਾਂਗੇ ਤਾਂ ਫਿਰ ਲੋਕਾਂ ਨੂੰ ਨਿਆਣਿਆਂ ਨੂੰ ਵੀ ਪਸੰਦ ਆਊਗਾ ਜਦੋਂ ਨਿਆਣਿਆਂ ਨੂੰ ਪਸੰਦ ਆਉਂਦਾ ਫਿਰ ਸਿਆਣਿਆਂ ਨੂੰ ਵੀ ਪਸੰਦ ਵਧੀਆ ਲੱਗਦਾ ਹੈਗਾ ਕਿਉਂਕਿ ਈਵਨ ਰੇਡੀਓ 'ਤੇ ਵੀ ਜਦੋਂ ਆਪਾਂ ਕੋਈ ਵੀ ਗਾਣਾ ਲਾਉਂਦੇ ਹਾਂ ਖਾਸ ਕਰਕੇ ਕਾਲੀ ਐਨਕ ਲਾਉਂਦੇ ਅਸੀਂ ਇੱਕ ਚੀਜ਼ ਹਮੇਸ਼ਾ ਐਮਫਸਾਈਜ਼ ਕਰੀਦੀ ਹੈ ਕਿ ਤੁਸੀਂ ਇਹੋ ਜਿਹੇ ਕਲਾਕਾਰ ਆ ਜਿਹੜੇ ਤੁਸੀਂ ਆਪਣੇ ਟਾਈਮ 'ਤੇ ਵੀ ਛਾ ਰਹੇ ਸੀ ਐਂਡ ਅੱਜ ਵੀ ਛਾ ਰਹੇ ਹਾਂ ਐਂਡ ਟੂ ਬੀ ਰੈਲੇਵੈਂਟ ਇਹ ਇਟਸ ਨਾਟ ਈਜ਼ੀ ਕਿਉਂਕਿ ਯੂ ਨੋ ਉਸ ਮੁਕਾਮ ਤੱਕ ਪਹੁੰਚਣਾ ਬੰਦਾ ਮਿਹਨਤ ਕਰਦਾ ਪਰ ਉਸ ਮੁਕਾਮ ਤੱਕ ਰਹਿਣਾ ਬਿਲਕੁਲ ਦੈਟ ਇਜ਼ ਉੱਥੇ ਟੈਸਟ ਬੰਦੇ ਦਾ ਟੈਸਟ ਆਉਂਦਾ ਹੈ ਕਿ ਓਕੇ ਅਸੀਂ ਉੱਥੇ ਰਹਿਣਾ ਕਿੱਦਾਂ ਸਮੇਂ ਦੇ ਨਾਲ ਨਾਲ ਤੁਸੀਂ ਚੇਂਜ ਹੋਣਾ ਬਹੁਤ ਜ਼ਰੂਰੀ ਹੈ ਯੈਸ ਤੁਸੀਂ ਸਮੇਂ ਮੈਂ ਜਿਵੇਂ ਦੱਸਿਆ ਨਾ ਸਾਨੂੰ ਸਬਜੈਕਟ ਚੇਂਜ ਕਰਨੇ ਪੈਣਗੇ ਸਾਨੂੰ ਕੰਪੋਜੀਸ਼ਨ ਚੇਂਜ ਕਰਨੀ ਪਊਗੀ ਗਾਣਾ ਜਿਹੜਾ ਆ ਉਹ ਅੱਧੋਂ ਪਹਿਲਾਂ ਤੋਂ ਉਹਦੀ ਨੀ ਆ ਜਿੱਦਾਂ ਵੀ ਮਤਲਬ ਤੁਸੀਂ ਲਿਖਦੇ ਹੈ ਜੀ ਤੁਹਾਡਾ ਕੰਸੈਪਟ ਕੀ ਆ ਉਹ ਦੂਜਾ ਫਿਰ ਉੱਤੋਂ ਜਿਹੜੀ ਕੰਪੋਜੀਸ਼ਨ ਹੈ ਨਾ
ਉਹ ਬਹੁਤ ਕਾਊਂਟ ਕਰਦੀ ਹੈ ਕਿ ਉਹ ਕਾਊਂਟ ਜਿਹੜੀ ਕੰਪੋਜੀਸ਼ਨ ਹੈ ਉਹ ਬੱਚੇ ਤੋਂ ਲੱਗ ਕੇ ਬਜ਼ੁਰਗ ਤੱਕ ਜਿੱਦਾਂ ਹਰ ਬੰਦਾ ਗੁਣਗੁਣਾ ਸਕੇ ਜੀ, ਫਿਰ ਉੱਦਾਂ ਦੀ ਕੰਪੋਜੀਸ਼ਨ ਅਸੀਂ ਤਿਆਰ ਕਰੋ। ਸਮੇਂ ਦੇ ਨਾਲ ਨਾਲ ਰਹਾਂਗੇ ਤਾਂ ਤੁਸੀਂ ਹਮੇਸ਼ਾ ਹੀ ਸ਼ੁਰੂ ਤੋਂ ਲੱਗ ਕੇ ਲੋਕ ਕਦੋਂ ਗੁੜ ਨਾਸ਼ਕ ਮੱਠਾ ਸ਼ੁਰੂ ਕੀਤਾ ਸੀ, ਕਦੋਂ ਤੋਤਕ ਤੂਤੀਆਂ ਤੋਤ ਆਈਆਂ ਸੀ, ਪਰ ਇਹ ਕਾਲੀ ਐਨਕ ਨੇ ਤਾਂ ਮਤਲਬ ਇੱਕ ਰਿਕਾਰਡ ਪੈਦਾ ਕਰਤਾ ਕਿ ਜਦੋਂ ਵੀ ਐਨੀ ਵੈਡਿੰਗ ਤੁਸੀਂ ਜਾਓ ਉਹ ਜਿੰਨੀਆਂ ਪਲੇਟਾਂ ਆ ਜਿਹੜੀਆਂ ਮਤਲਬ 10 ਰਾਊਂਡ ਟੇਬਲ ਦੇ ਉੱਤੇ 3 ਹੈਗੀਆਂ ਪਲੇਟਸ ਪਈਆਂ, ਨਾਲ ਇੱਕ ਇੱਕ ਐਨਕ ਵੀ ਪਈ ਆ, ਐਂਡ ਮੁੰਡੇ ਕੁੜੀ ਨੇ ਇਨੀਸ਼ੀਅਲ ਯੂਜ਼ ਕਰਨ ਲੱਗ ਗਿਆ RP2 ਹੈ ਨਾ, ਉਹ ਮੁੰਡੇ ਕੁੜੀ ਦਾ ਉੱਤੇ ਲਿਖਣਾ ਸ਼ੁਰੂ ਕਰ ਦਿੱਤਾ, ਔਰ ਉਹ ਮੁੰਡਾ ਕੁੜੀ ਜਦੋਂ ਐਂਟਰ ਕਰਦਾ ਅਤੇ ਉਹ ਐਂਟਰ ਕਰਨ ਲੱਗਿਆ ਵੀ ਮਤਲਬ ਦੋਨੇ ਜਣੇ ਉਹ ਕਾਲੀ ਐਨਕਾਂ ਲਾ ਕੇ ਤਾਂ ਨੱਚਦੇ ਆ। ਸੋ ਇਹ ਇੱਕ ਨਵਾਂ ਇੱਕ ਕਰੇਜ਼ ਆਇਆ, ਗਾਣੇ ਬੜੇ ਬੜੇ ਅਸੀਂ ਢੋਲ ਦੇ ਦੇਖੋ ਗਾਣੇ ਗਾਏ ਆ, ਕੋਈ ਢੋਲ ਥੋੜ੍ਹੋ ਘਰੋਂ ਲੈ ਕੇ ਆਉਂਦਾ ਵੀ ਉੱਥੇ ਵੀ ਢੋਲ ਦੀ ਗੱਲ ਆ, ਪਰ ਕਾਲੀ ਐਨਕ ਦੀ ਇੱਕ ਇਹ ਸਿਫਤ ਰਹੀ ਆ ਸਾਰੇ ਪੰਜਾਬੀ ਗਾਣਿਆਂ ਤੋਂ ਅੱਜ ਤੱਕ ਕਿ ਜਦੋਂ ਇਹ ਲੋਕ ਜਿਹੜੇ ਘਰੋਂ ਹੀ ਤਿਆਰ ਹੋ ਕੇ ਆਉਂਦੇ ਆ ਬਈ ਨਾਲ ਐਨਕਾਂ ਲੈ ਚੱਲੀਏ ਉੱਥੇ ਵੀ ਕਾਲੀ ਐਨਕ ਤੇ ਲਾ ਕੇ ਐਗਜ਼ੈਕਟਲੀ ਆਪਾਂ ਰੀਲ ਬਣਾਉਣੀ ਆ। ਹਾਂਜੀ, ਸੋ ਮੈਨੂੰ ਇਹ ਦੱਸੋ ਕਿ ਤੁਹਾਡੇ ਆਈਡੀਆਜ਼ ਆਉਂਦੇ ਕਿੱਥੇ ਆ, ਹੁਣ ਤੁਸੀਂ ਆਪ ਲਿਖਦੇ ਆ ਆਪਣੇ ਗਾਣੇ? ਹਾਂ, ਮੈਂ ਪਹਿਲੋਂ ਵੀ ਆਪ ਲਿਖਦਾ ਸੀ ਸ਼ੁਰੂ ਤੋਂ ਹੀ ਜੀ, ਮੈਂ ਕਰਕੇ ਜਦੋਂ ਉਦੋਂ ਹੁੰਦਾ ਸੀਗਾ ਰਿਵਾਜ਼ ਕੇ 8 ਗਾਣੇ ਆ ਜਾਂ 10 ਗੀਤ ਹੈ ਨਾ, ਸਾਡੀ ਕੈਸੇਟ ਆ CD ਆ, ਅਤੇ ਉਹਦੇ ਵਿੱਚ ਮੈਂ ਕਈ ਵਾਰੀ ਕੋਸ਼ਿਸ਼ ਇਹ ਕਰਦਾ ਹੁੰਦਾ ਸੀ ਕਿ ਜਿਹੜੇ ਦੂਜੇ ਰਾਈਟਰ ਆ ਨਾ ਉਹਨਾਂ 'ਤੇ ਵੀ ਸਾਰਿਆਂ ਦੇ ਗਾਣੇ ਲੈਣੇ ਚਾਹੀਦੇ ਆ, ਪਰ ਮੈਂ ਕਈ ਵਾਰੀ ਆਪਣਾ ਗਾਣਾ ਕਹਿਣਾ ਚੱਲ ਮੈਂ ਫੇਕ ਪਾ ਲੂੰਗਾ ਵੀ ਕਿਸੇ ਹੋਰ ਦਾ ਗਾਣਾ ਜਿਹੜਾ ਉਹਨੂੰ ਰਿਕਾਰਡ ਕੀਤਾ ਜਾਵੇ ਪਹਿਲੋਂ ਕਰਕੇ ਵੀ ਚਲੋ ਇਹ ਵੀ ਚੰਗੇ ਹੀ ਆ, ਮੈਂ ਤਾਂ ਕਦੇ ਵੀ ਰਿਕਾਰਡ ਕਰ ਸਕਦਾ। ਸੋ ਜਿਵੇਂ ਮੇਰਾ ਪਹਿਲੋਂ ਗੁਣਨਸ਼ ਮਿੱਠਾ ਸੀ, ਫਿਰ ਕੁੜੀ ਕੱਢ ਕੇ ਕਾਲਜਾਂ ਲੈ ਗਈ, ਮਰ ਗਿਆ ਲੋਕੋ, ਭੰਗੜਾ ਪਾਉਣ ਨੂੰ ਜੀ ਕਰਦਾ, ਅੱਜ ਨਹੀਂ ਹਜੇ ਤੱਕ ਵੀ ਚੱਲਦੇ ਆ, ਅੱਜ ਨਹੀਂ ਜੇ ਨੱਚਣਾ ਫੇਰ ਕਦੋਂ ਨੱਚਣਾ, ਚਿੱਟੇ ਚੌਲ ਜਿਹਨਾਂ ਨੇ ਪੁੰਨ ਕੀਤੇ ਰੱਬ ਨੇ ਬਣਾਏ, ਸਾਰੇ ਮੇਰੇ ਆਪਣੇ ਗਾਣੇ ਲਿਖੇ ਆ ਜਿੰਨੇ ਹਿੱਟ ਸੁਪਰ ਹਿੱਟ, ਜਾਗੋ ਵੀ, ਮਾਮਾ ਗ੍ਰੇਟ, ਸਾਰੇ ਗਾਣੇ। ਸੋ ਉਹਦੇ ਕਰਕੇ ਮੈਂ ਜਦੋਂ ਅਸੀਂ ਤੁਸੀਂ ਸਟੇਜ 'ਤੇ ਹੁੰਦੇ ਨਾ, ਸਟੇਜ 'ਤੇ ਥੋ ਅਸੀਂ ਮੇਰੇ ਜਿਹੜੇ ਗਾਣੇ ਆ ਨਾ ਜਦੋਂ ਕਹਿੰਦੇ ਨੇ ਔਨ ਲੋਕੇਸ਼ਨ ਔਨ ਵਾਲੇ ਆ ਕਿ ਉੱਥੇ ਕੀ ਵਰਤ ਰਿਹਾ, ਉੱਥੇ ਹੋ ਕੀ ਰਿਹਾ, ਹੁਣ ਮੈਂ ਜਦੋਂ ਉਹਨਾਂ ਚੀਜ਼ਾਂ ਨੂੰ ਦੇਖਦਾ ਨਾ ਤਾਂ ਉੱਥੋਂ ਫਿਰ ਤੁਹਾਨੂੰ ਆਈਡੀਆ ਆਉਂਦਾ ਕਿ ਯਾਰ ਇੱਦਾਂ ਦਾ ਗਾਣਾ ਨਹੀਂ ਆਇਆ। ਜਦੋਂ ਕੌਂਸਰਟ ਤੁਸੀਂ ਕਰਦੇ ਆ, ਲੋਕ ਬੈਠ ਕੇ ਸੁਣਦੇ ਆ, ਹੈ ਨਾ, ਸਾਰੇ ਚੁੱਪ ਕਰਕੇ ਬੈਠੇ ਆ, ਉੱਥੇ ਤੁਹਾਨੂੰ ਬਹੁਤ ਹੀ ਜਿੱਦਾਂ ਜਿੰਦ ਮਾਹੀ ਜੇ ਚੱਲਿਓ ਪ੍ਰਦੇਸ਼, ਜਾਂ ਮਾਵਾਂ ਠੰਡੀਆਂ ਛਾਵਾਂ, ਜਾਂ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ, ਯਾਦ ਆਉਂਦੀ ਆ ਨਹੀਂ ਤੇਰੀ ਯਾਦ ਆਉਂਦੀ, ਮਤਲਬ ਇੱਦਾਂ ਦੇ ਉੱਥੇ ਗਾਣੇ ਫਿਰ ਸੁਣਾਉਣੇ ਪੈਣੇ ਆ। ਪਰ ਜਦੋਂ ਤੁਸੀਂ ਸਟੇਜ 'ਤੇ ਆਉਂਦੇ ਆ, ਲੋਕ ਪਹਿਲਾਂ ਹੀ ਡਾਂਸ ਕਰਨ ਡਏ ਆ, ਉੱਥੇ ਫਿਰ ਚੈਲੇਂਜ ਆਉਂਦਾ ਤੁਹਾਨੂੰ ਵੀ ਅੱਜ ਨਹੀਂ ਜੇ ਨੱਚਣਾ ਤਾਂ ਫਿਰ ਕਦੋਂ ਨੱਚਣਾ, ਭੰਗੜਾ ਪਾਉਣ ਨੂੰ ਜੀ ਕਰਦਾ, ਫਿਰ ਉੱਦਾਂ ਦੇ ਹੋਣੇ ਚਾਹੀਦੇ। ਸੋ ਮੈਂ ਉੱਥੋਂ ਦੇਖ ਕੇ ਮਾਹੌਲ ਫਿਰ ਗਾਣੇ ਲਿਖਦਾ, ਔਰ ਉੱਦਾਂ ਦੀ ਫਿਰ ਟਿਊਨ ਬਣਾਉਣਾ ਕਿ ਜਿਹੜਾ ਸਾਰਿਆਂ ਨੂੰ ਸਮਝ ਲੱਗੇ, ਸੌਖੀ ਹੋਵੇ, ਸਿੰਪਲ ਹੋਵੇ, ਐਂਡ ਅਦਰ ਥਿੰਕ ਜਿਹੜੀ ਆਡੀਅੰਸ ਆ ਉਹ ਵੀ ਕੁਛ ਕਹਿ ਸਕੇ ਨਾਲ ਨਾਲ, ਉਹ ਵੀ ਨਾਲ ਬੋਲਣ, ਹੋ ਹੋ ਹਾਏ ਹਾਏ। ਸੋ ਉੱਥੋਂ ਸਾਨੂੰ ਫਿਰ ਆਈਡੀਆ ਆਉਂਦੇ ਆ ਲਾਈਵ ਜਦੋਂ ਅਸੀਂ ਮਿਊਜ਼ਿਕ। ਵੈਰੀ ਨਾਈਸ, ਐਂਡ ਆਈ ਐਮ ਸੋ ਅਮੇਜ਼ਡ ਕਿ ਜਿੱਦਾਂ ਤੁਹਾਡੇ ਲਿਰਿਕਸ ਹੁੰਦੇ, ਤੁਹਾਡੇ ਆਈਡੀਆਜ਼ ਆਉਂਦੇ ਕਰਕੇ ਗਾਣੇ ਹੀ ਉਨੇ ਕਮਾਲ ਦੇ ਬਣਦੇ ਆ। ਹੁਣ ਇੱਕ ਹੁਣ ਆਹ ਦੇਖ ਲਓ, ਹੁਣ ਇੱਕ ਹੋਰ ਇੰਨਾ ਜ਼ਬਰਦਸਤ ਗਾਣਾ ਆ ਗਿਆ ਹੈਗਾ ਜਿਹਦੇ ਬਾਰੇ ਮੈਨੂੰ ਲੱਗਦਾ ਅੱਜ ਤੱਕ ਕਿਸੇ ਨੇ ਲਿਖਿਆ ਨਹੀਂ ਹੈ, ਨਾ ਕੋਈ ਇਹੋ ਜਿਹਾ ਗਾਣਾ ਕੱਢਿਆ ਹੈ, ਐਂਡ ਇਹਦੇ ਲਿਰਿਕਸ, ਓ ਮਾਈ ਗੁਡਨੈਸ, ਵੇਟ ਟਿਲ ਯੂ ਹੀਅਰ ਦ ਟਰੈਕ। ਇਹਦੇ ਲਿਰਿਕਸ ਮੈਂ ਜਦੋਂ ਸੁਣੇ ਮੇਰੇ ਪੂਰੇ ਗਾਣੇ 'ਤੇ ਸਮਾਈਲ ਸੀ, ਕਰਕੇ ਜੋ ਵੀ ਤੁਸੀਂ ਬੋਲਿਆ ਉਹ ਅਸੀਂ ਕਰਦੇ ਹਾਂ। ਦੇਖੋ ਹੁਣ ਜਦੋਂ ਕਾਲੀ ਐਨਕ ਆਪਾਂ ਕੀਤਾ ਸੀਗਾ, ਕਾਲੀ ਐਨਕ ਤੋਂ ਬਾਅਦ ਹੁਣ ਜਦੋਂ ਐਡਾ ਸੁਪਰ ਹਿੱਟ ਗਾਣਾ ਆ ਤੇ ਤੁਹਾਡੇ ਦਿਮਾਗ ਤੇ ਬੜਾ ਇਸ ਗੱਲ ਦਾ ਪ੍ਰੈਸ਼ਰ ਆ, ਮੈਂ ਬਾਕੀ ਰਾਈਟਰਾਂ ਨੂੰ ਵੀ ਹੋਰਨਾਂ ਨੂੰ ਵੀ ਸਾਰਿਆਂ ਨੂੰ ਕਿਹਾ ਯਾਰ ਕਿ ਇੱਦਾਂ ਦਾ ਹੁਣ, ਮਤਲਬ ਹਰ ਬੰਦਾ, ਮੈਂ ਹੀ ਨਹੀਂ ਜਿਹੜੇ ਕੋਈ ਵੀ ਸਿੰਗਰ ਜਾਂ ਕੋਈ ਵੀ ਮਿਊਜ਼ਿਕ ਡਾਇਰੈਕਟਰ ਜਦੋਂ ਕੋਈ ਕੰਪੋਜੀਸ਼ਨ ਬਣਾਉਣ ਲੱਗਦਾ ਨਾ ਜਾਂ ਜਦੋਂ ਲਿਖਦੇ ਆ ਮਾਈਕ 'ਤੇ ਆਉਣ ਤੋਂ ਕਹਿੰਦੇ ਬੰਦਾ ਸੋ ਯਾਰ ਭਾਅ ਜੀ ਵਰਗਾ ਕਾਲੀ ਐਨਕ ਵਰਗਾ ਕੋਈ ਗਾਣਾ ਦਿਓ, ਪਰ ਉਹ ਕਾਲੀ ਐਨਕ ਬਣ ਗਈ ਉੱਦਾਂ ਦਾ ਨਹੀਂ ਹੋਰ ਬਣ ਸਕਦਾ, ਉਹ ਜਿੱਦਾਂ ਤੋਤਕ ਸੀ ਉਹ ਇੱਕ ਸਦਾ ਬਾਹਰ ਗਾਣੇ ਨੇ, ਉਹ ਬਣ ਗਿਆ, ਤੁਸੀਂ ਉਹ ਤੋਂ ਆਈਡੀਆ ਕੁਛ ਹੋਰ ਲੈਣਾ ਹੁੰਦਾ ਹੈ। ਅਤੇ ਮੈਂ ਸੋਚਦਾ ਸੀਗਾ ਕਿ ਕਾਲੀ ਐਨਕ ਤੋਂ ਬਾਅਦ ਮੇਰੇ ਲਈ ਵੀ ਇੱਕ ਬਹੁਤ ਵੱਡਾ ਚੈਲੇਂਜ ਆ, ਮੈਂ ਮਤਲਬ ਕੀ ਹੋਰ ਲੈ ਕੇ ਆਵਾਂ ਨਾ, ਪ੍ਰੈਸ਼ਰ ਆ ਜਾਂਦਾ, ਪ੍ਰੈਸ਼ਰ ਟੂ ਮੱਚ ਪ੍ਰੈਸ਼ਰ। ਮੈਨੂੰ ਲੱਗਿਆ ਕਿ ਸਭ ਤੋਂ ਵੱਧ ਆਪਾਂ ਕਿਹੜੀ ਚੀਜ਼ ਨੇੜੇ ਰੱਖਦੇ ਹਾਂ ਵੀ ਜਿਹਦਾ ਮਤਲਬ ਗੱਲ ਆ ਗਈ ਵੀ ਮੋਬਾਈਲ ਤੋਂ ਬਗੈਰ ਨਹੀਂ ਸਰਦਾ, ਆਪਾਂ ਹਮੇਸ਼ਾ ਹਰ ਬੰਦਾ ਕੁੜੀ ਬੁੜੀ ਬਜ਼ੁਰਗ ਹੁਣ ਤਾਂ ਸਾਰੇ ਮੋਬਾਈਲ ਫੋਨ ਜ਼ਰੂਰ ਨਾਲ ਰੱਖਦੇ ਆ, ਅਤੇ ਮੁੰਡਾ ਕੁੜੀ ਨੂੰ ਕਹਿ ਰਿਹਾ ਕਿ
ਤੂੰ ਕੁੜੀ ਕਿਉਂਕਿ ਮੋਬਾਈਲ ਸਾਰੇ ਰੱਖਦੇ ਰਹਿ ਗਏ ਸਾਰੇ ਉਹ ਮੁੰਡਾ ਦੇਖਦਾ ਉਹਨੂੰ ਕੁੜੀ ਘੜੀ ਘੜੀ ਫੋਨ ਨੂੰ ਟੱਚ ਕਰਦੀ ਆ ਕਦੇ ਇਹਦੇ ਤਰਾਦੀ ਉਹਨੂੰ ਅਫਸਾਂ ਨਹੀਂ ਖਾਂਦੀ ਉਹਨਾਂ ਗੱਲਾਂ ਜਿੱਦਾਂ ਕਰਦੀ ਤੇ ਕਿਸੇ ਦਾ ਜਦੋਂ ਫੋਨ ਆਇਆ ਫਿਰ ਉਹਨਾਂ ਗੱਲਾਂ ਕਰਦੀ ਹੈ ਤਾਂ ਫੋਨ ਨਾਲ ਮੁੰਡਾ ਸੋਚਦਾ ਕਾਸ਼ ਆਈ ਵਿਸ਼ ਮੈਂ ਤੇਰਾ ਫੋਨ ਕਿ ਮੈਂ ਤੂੰ ਇੰਨਾ ਲੁੱਕ ਆਫਟਰ ਕਰਦੀ ਆ ਤੂੰ ਸੋਚਦੀ ਹੈ ਗੁਆਚ ਨਾ ਜਾਵੇ ਤੂੰ ਸੋਚਦੀ ਹੈ ਇੱਦਾਂ ਨਾ ਹੋ ਜਾਵੇ ਵੀ ਆਕਾਸ਼ ਮੈਂ ਤੇਰਾ ਨਾ ਵਿਸ਼ ਮੈਂ ਇੱਦਾਂ ਮੈਂ ਤੇਰਾ ਫੋਨ ਹੀ ਹੁੰਦਾ ਜਿੱਥੇ ਜਿੱਥੇ ਤੂੰ ਜਾਂਦੀ ਫਿਰ ਮੈਨੂੰ ਨਾਲ ਲੈ ਕੇ ਜਾਂਦੀ ਮੈਂ ਤੇਰੇ ਸਾਥ ਰਹਿੰਦਾ ਔਰ ਅ ਕਨਸੈਪਟ ਵਾਟ ਐਨ ਅਮੇਜ਼ਿੰਗ ਕਨਸੈਪਟ ਸੋ ਇਹ ਤੁਸੀਂ ਗਾਣਾ ਮੁੰਡੇ ਵੱਲੋਂ ਲਿਖਿਆ ਹੈ ਕੁੜੀ ਵਾਸਤੇ ਹਾਂ ਜੀ ਹਾਂ ਜੀ ਹਾਂ ਸੋ ਇਹ ਵੀ ਤੁਸੀਂ ਯੂ ਨੋ ਸੋਚ ਕੇ ਲਿਖਿਆ ਸੀਗਾ ਕਿਉਂਕਿ ਨੂੰ ਇਦਾਂ ਦਾ ਗਾਣਾ ਲਿਖਣਾ ਹੈਗਾ ਕੁੜੀ ਲਾਈਕ ਮੈਂ ਮੈਂ ਜਿਹੜਾ ਪਹਿਲਾਂ ਵੀ ਗਾਣਾ ਲਿਖਿਆ ਸੀ ਨਾ ਜਿਹੜਾ ਕਾਲੀ ਐਨਕ ਵੀ ਉਹ ਵੀ ਮੁੰਡੇ ਵੱਲੋਂ ਸੀਗਾ ਜੀ ਪਰ ਉਹ ਕਈ ਗਾਣੇ ਨਿਊਟਰਲ ਜਿਹਾ ਹੀ ਬਣ ਜਾਂਦੇ ਆ ਹਾਂਜੀ ਉਹ ਕੁੜੀਆਂ ਨੇ ਜ਼ਿਆਦਾ ਉਹਨੂੰ ਜਿੱਦਾਂ ਚੁੱਕਿਆ ਪਰ ਇਹ ਵੀ ਗਾਣਾ ਜਿਹੜਾ ਆ ਮੈਂ ਕੋਈ ਸੋਚ ਕੇ ਨਹੀਂ ਦੇਖਿਆ ਵੀ ਕਿੱਦਾਂ ਪਰ ਮੈਨੂੰ ਲੱਗਿਆ ਕਿ ਮੈਂ ਮੋਬਾਈਲ ਨੂੰ ਕਿੱਦਾਂ ਮਤਲਬ ਕਰ ਸਕਦਾ ਨਾ ਕਿਉਂਕਿ ਮੋਬਾਈਲ 'ਤੇ ਆਪਾਂ ਕਿੱਦਾਂ ਗੀਤ ਬਣਾ ਸਕਦੇ ਔਰ ਹਰ ਬੰਦਾ ਮੋਬਾਈਲ ਤੋਂ ਬਗੈਰ ਸਰਦਾ ਨਹੀਂ ਨਾਲ ਲੈ ਕੇ ਰੱਖਦਾ ਉਹ ਹਾਂਜੀ ਉਹ ਜਦੋਂ ਮੋਬਾਈਲ ਦਾ ਸੁਣੂਗਾ ਗਾਣਾ ਤੇ ਉਹਨੂੰ ਇੱਕਦਮ ਲੱਗੂਗਾ ਕਿ ਯਾਰ ਇਹ ਤਾਂ ਮੇਰਾ ਹੀ ਗਾਣਾ ਹੈ ਹਨਾ ਐ ਤੁਸੀਂ ਗੱਲ ਵੀ ਸਹੀ ਕੀਤੀ ਕਿ ਬੰਦੇ ਦੀ ਜਾਨ ਨਿਕਲ ਜਾਂਦੀ ਜਦੋਂ ਪਤਾ ਲੱਗਦਾ ਕਿ ਮੋਬਾਈਲ ਘਰ ਰਹਿ ਗਿਆ ਜਾਂ ਕਿੱਥੇ ਆ ਘਰ ਰਹਿ ਗਿਆ ਤੇ ਉਹ ਮੁੰਡਾ ਕਹਿੰਦਾ ਜੇ ਤੂੰ ਪਾਰਟੀ ਤੇ ਜਾਂਦੀ ਫਿਰ ਵੀ ਮੈਨੂੰ ਨਾਲ ਲੈ ਕੇ ਜਾਂਦੀ ਪਰ ਜੇ ਉਹ ਉੱਠ ਕੇ ਗਿੱਧਾ ਵੀ ਪਾਉਣ ਜਾਂਦੀ ਤੇ ਨੱਚਣ ਵੀ ਜਾਂਦੀ ਆ ਤੂੰ ਫਿਰ ਵੀ ਉਹ ਫੋਨ ਕਹਿੰਦੀ ਆਪਣੀ ਸਹੇਲੀ ਨੂੰ ਫੜਾ ਕੇ ਜਾਂਦੀ ਜੀ ਜਾਂ ਕਿਉਂਕਿ ਹੋਰ ਤਾਂ ਕੋਈ ਹੈ ਨਹੀਂ ਵੀ ਤੁਸੀਂ ਮੇਰਾ ਫੋਨ ਰੱਖੀ ਕਿਤੇ ਗਵਾਚ ਨਾ ਜਾਵੇ ਹਨਾ ਤੂੰ ਇੰਨੀ ਉਹਦੀ ਲੁੱਕ ਆਫਟਰ ਕਰਦੀ ਆ ਕਿ ਬੰਦਾ ਮੁੰਡਾ ਕਹਿੰਦਾ ਕਾਸ਼ ਮੈਂ ਜੇ ਤੇਰਾ ਮੋਬਾਈਲ ਹੁੰਦਾ ਮੈਂ ਤੇਰੇ ਨਾਲ ਨਾਲ ਹੋਣਾ ਆਈ ਲਵ ਇਟ ਐਂਡ ਯੂ ਨੋ ਜਦੋਂ ਮੈਂ ਗਾਣਾ ਸੁਣਦੀ ਸੀ ਗਾਣੇ ਦੇ ਵਿੱਚ ਤੁਸੀਂ ਕਾਲੀ ਐਨਕ ਦਾ ਵੀ ਮੈਂਸ਼ਨ ਕੀਤਾ ਹੈਗਾ ਸੋ ਉਹ ਤੁਸੀਂ ਕਿਵੇਂ ਟਾਈਨ ਕੀਤਾ ਉਹ ਇਦਾਂ ਵੀ ਕਰਕੇ ਕਿਉਂਕਿ ਮੋਬਾਈਲ ਦੀ ਗੱਲ ਆ ਜੀ ਤੇ ਮੋਬਾਈਲ ਹੀ ਕਹਿੰਦਾ ਵੀ ਲਾ ਮਲਕੀਤ ਦਾ ਗਾਣਾ ਤੂੰ ਇੰਸਟਾ ਤੇ ਰੀਲਾਂ ਪਾਉਂਦੀ ਤੇ ਮੋਬਾਈਲ ਤੇ ਹੀ ਸੀ ਕਾਲੀ ਐਨਕ ਲਾ ਲਾ ਕੇ ਫਿਰ ਡਿਫਰੈਂਟ ਪੋਜ਼ ਬਣਾਉਂਦੀ ਹਾਂਜੀ ਨਹੀਂ ਮੈਨੂੰ ਲੱਗਦੀ ਸੋਹਣੀ ਤੂੰ ਜਦ ਬਿੰਗਾ ਜਿਹਾ ਕਰਕੇ ਮੂੰਹ ਨੀ ਪੋਜ਼ਾ ਬਣਾਉਂਦੀ ਹੈ ਓ ਵਾਓ ਅਮੇਜ਼ਿੰਗ ਹਾਏ ਸੋਹਣੀ ਸਾਨੂੰ ਮਾਰ ਗਿਆ ਸਟਾਈਲ ਨਹੀਂ ਪਰ ਪਤਾ ਕੀ ਮੈਂ ਚਾਹੁੰਦੀ ਆ ਕਿ ਤੁਸੀਂ ਜੇ ਦੋ ਕੁ ਬੋਲ ਗਾ ਕੇ ਸਾਨੂੰ ਸੁਣਾਓ ਹਾਂਜੀ ਹਾਂਜੀ ਕੋਈ ਵੀ ਜਿਹੜਾ ਤੁਹਾਨੂੰ ਇਸ ਗਾਣੇ ਦੇ ਵਿੱਚ ਆਬਵੀਅਸਲੀ ਸਾਰੇ ਬੋਲ ਬਹੁਤ ਹੀ ਸੋਹਣੇ ਆ ਜਿਹੜੇ ਸਭ ਤੋਂ ਤੁਹਾਡੇ ਕਰੀਬੀ ਬੋਲ ਹੈਗੇ ਆ ਹਾਂਜੀ ਇਸ ਗਾਣੇ ਮੈਂ ਇਹਦੀ ਮੈਨੂੰ ਸ਼ੁਰੂਆਤ ਵੀ ਬਹੁਤ ਵਧੀਆ ਲੱਗਦੀ ਹੈ ਕਿ ਮਤਲਬ ਮੈਂ ਇੱਥੇ ਸ਼ੇਅਰ ਕਿਹਾ ਕਿ ਸੀਨ ਸੋਹਣੀਏ ਹੈ ਨਾ ਵੀ ਮਤਲਬ ਪੁਰਾਣੇ ਇੱਦਾਂ ਸ਼ੇਅਰ ਜਿਹਾ ਹੁੰਦੇ ਸੀ ਮੈਂ ਕਿਹਾ ਉੱਦਾਂ ਦੀ ਚੀਜ਼ ਕੋਈ ਦੁਬਾਰਾ ਮੈਂ ਲੈ ਕੇ ਆਵਾਂ ਪਰ ਮੈਂ ਜ਼ਿਆਦਾ ਨਹੀਂ ਗਾਉਂਦਾ ਕਰਕੇ ਆਪਣਾ ਫਿਰ ਗਾਣਾ ਵੀ ਸੁਣਾ ਦਿੰਦੇ ਹਾਂ ਪਿੱਛੇ ਲਾ ਕੇ ਪਰ ਮੈਨੂੰ ਇਹ ਚੀਜ਼ ਬੜਾ ਲੱਗੇ ਕਿ ਹਾਏ ਸੋਹਣੀਏ ਤੇਰਾ ਹੁੰਦਾ ਜੇ ਮੋਬਾਈਲ ਨਹੀਂ ਹਾਏ ਸੋਹਣੀਏ ਤੇਰਾ ਹੁੰਦਾ ਮੈਂ ਮੋਬਾਈਲ ਨਹੀਂ ਹਰ ਵੇਲੇ ਨਹੀਂ ਤੇਰੇ ਰਹਿੰਦਾ ਨਾਲ ਨਾਲ ਨਹੀਂ ਹਰ ਵੇਲੇ ਨਹੀਂ ਮੈਂ ਤੇਰੇ ਰਹਿੰਦਾ ਨਾਲ ਤੂੰ ਮੇਰਾ ਬੜਾ ਖਿਆਲ ਨਹੀਂ ਰੱਖਦੀ ਰਹਿੰਦੀ ਬਾਰ ਬਾਰ ਮੈਨੂੰ ਤੱਕਦੀ ਮੇਰੀ ਹਰ ਇੱਕ ਗੱਲ ਤੂੰ ਸੁਣਦੀ ਲਾ ਕੇ ਗੋਰੀ ਗੱਲ ਉਹਦੇ ਵਿੱਚ ਮੈਂ ਕੌਮੇਡੀ ਉਹ 'ਚ ਮੈਂ ਵਧੀਆ ਗੱਲਾਂ ਜਦੋਂ ਤੁਸੀਂ ਨੱਚਦੇ ਆ ਤੁਸੀਂ ਹੱਸਣਾ ਵੀ ਚਾਹੁੰਦੇ ਆ ਤੁਸੀਂ ਥੋੜ੍ਹੀ ਕੌਮੇਡੀ ਵੀ ਚਾਹੁੰਦੇ ਆ ਔਰ ਗੱਲਬਾਤ ਵੀ ਵਧੀਆ ਹੋਵੇ ਔਰ ਪਰਿਵਾਰ 'ਚ ਸੁਣਨ ਵਾਲੀ ਵੀ ਗੱਲ ਜੀ ਸੋ ਮੈਂ ਉਹ ਕੋਸ਼ਿਸ਼ ਕੀਤੀ ਹੈ ਵੈਰੀ ਨਾਈਸ ਐਂਡ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਜਿਹੜੇ ਗਾਣੇ ਹੈਗੇ ਜਦੋਂ ਆਪਾਂ ਕਿਸੇ ਵੀ ਪਾਰਟੀ ਦੇ ਵਿੱਚ ਜਾਂਦੇ ਹਾਂ ਸਾਨੂੰ ਇੱਦਾਂ ਹੁੰਦਾ ਕਿ ਅਸੀਂ ਵੀ ਥੋੜ੍ਹੀ ਜਿਹੀ ਐਕਸ਼ਨ ਕਰੀਏ ਗਾਣਾ ਜਿਹਦੇ ਵਿੱਚ ਬੰਦਾ ਐਕਸ਼ਨ ਕਰ ਸਕਦਾ ਉਹ ਵਧੀਆ ਜ਼ਿਆਦਾ ਲੱਗਦਾ ਨਹੀਂ ਤੁਸੀਂ ਉਦਾਂ ਉਹੀ ਨੱਚੀ ਜਾਓ ਠੀਕ ਹੈ ਪਰ ਜਦੋਂ ਕੋਈ ਨਾਲ ਲਵਜ਼ ਆਉਂਦਾ ਜਦੋਂ ਤੁਸੀਂ ਹੁਣ ਮੰਨ ਲਓ ਜਦੋਂ ਮੈਂ ਕਹਿੰਦਾ ਉਹ ਘੋੜੇ ਨਾਲ ਇਸ਼ਕ ਮਿੱਠਾ ਸਾਰੇ ਕਹਿੰਦੇ ਹੋ ਉਹਨਾਂ ਉਹ ਮਤਲਬ ਇੱਕ ਜੋਸ਼ ਆਉਂਦਾ ਜੀ ਹਾਏ ਹਾਏ ਓਹੋ ਹੈ ਜਮਾਲ ਉਹ ਮਤਲਬ ਉਹਨਾਂ ਨੂੰ ਜਿੰਨਾ ਚਿਰ ਉਹ ਚੀਜ਼ ਆਪਾਂ ਲਵਜ਼ ਨਹੀਂ ਦਵਾਂਗੇ ਉਹਨਾਂ ਚਿਰ ਉਹ ਗਾਣਾ ਇੰਜੋਏ ਨਹੀਂ ਕਰ ਸਕਦੇ ਐਬਸੋਲੂਟਲੀ ਐਬਸੋਲੂਟਲੀ ਸੋ ਤੁਸੀਂ ਕੀ ਚਾਹੁੰਦੇ ਕਿ ਇਸ ਗਾਣੇ ਦੇ ਨਾਲ ਜਦੋਂ ਸਾਰੇ ਸੁਣੋਗੇ ਕਿ ਕੀ ਦਿਮਾਗ ਦੇ ਵਿੱਚ ਰੱਖ ਕੇ ਸੁਣੀਏ ਜਾਂ ਕੀ ਤੁਸੀਂ ਚਾਹੁੰਦੇ ਸਾਰਿਆਂ ਨੂੰ ਮਹਿਸੂਸ ਹੋਵੇ ਮੈਂ ਤਾਂ ਇਹੀ ਕਹੂੰਗਾ ਜਿੱਦਾਂ ਤੁਸੀਂ ਕਾਲੀ ਐਨਕ ਨੂੰ ਸੁਣਿਆ ਸੀ ਇੱਦਾਂ ਹੀ ਇਹਨੇ ਸੁਣ ਕੇ ਦੇਖੋ ਹੌਲੀ 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 ਤੁਹਾਡੇ ਮੈਨੂੰ ਮੈਂ ਗਰੰਟੀ ਹਾਂ ਕਿ ਤੁਹਾਡੇ ਉਹ ਐਨ ਦਿਮਾਗ 'ਚ ਫਿੱਟ ਬੈਠ ਜਾਣਾ ਕਰਕੇ ਗਾਣਾ ਕਿਉਂਕਿ ਜਦੋਂ ਮੇਰਾ ਕੋਈ ਵੀ ਗਾਣਾ ਹੁੰਦਾ ਨਾ ਪਹਿਲੋਂ ਕਾਲੀ ਐਨਕ ਵੀ ਜਦੋਂ ਸੀਗੀ ਇਹ ਮੈਨੂੰ ਜਿੱਦਾਂ ਕੁਲਵਿੰਦਰ ਹੁਣੀ ਕਹਿੰਦੇ ਭਾਅ ਜੀ ਵੀ ਇਹ ਕੰਸੈਪਟ ਜਿੱਦਾਂ ਕਿੱਦਾਂ ਨਵਾਂ ਜਿਹਾ ਆਇਆ ਹੈ ਨਾ ਸੋ ਮੈਂ ਕਿਹਾ ਨਵਾਂ ਕੰਸੈਪਟ ਜਿਹੜੇ ਤਜਰਬੇ ਹੁੰਦੇ ਨਾ ਉਹ ਤਜਰਬੇ ਕਰਨੇ ਪੈਂਦੇ ਆ ਕੋਈ ਇੱਕ ਬੰਦਾ ਮੋਹਰੇ ਹੋਵੇ ਜਿਹੜਾ ਮਤਲਬ ਕਹਿੰਦੇ ਉਹਨੇ ਪੁਰਾਣੇ ਜ਼ਮਾਨੇ ਦੇ ਵਿੱਚ ਗੁਰਪ੍ਰੀਤ
ਬੋਲਦਾ ਨਾ ਨਾ ਗੱਡਾ ਲੈ ਕੇ ਜਾਂਦੇ ਹੁੰਦੇ ਸੀ ਗੱਡਾ ਗੱਡਾ ਨਾ ਜੀ ਸੁਣਿਆ ਹੋਣਾ ਲੱਭ ਨਾ ਤੇ ਉਹ ਜਦੋਂ ਬਾਹਣ ਦੇ ਵਿੱਚ ਦੀ ਲੈ ਕੇ ਲੰਘਦੇ ਹੁੰਦੇ ਸੀ ਨਾ ਉਹ ਜਿਹੜੇ ਚੰਗੇ ਪਹਿਲੋਂ ਜਿਹੜੇ ਵਧੀਆ ਬੋਲ ਦਿੰਦੇ ਸੀ ਜਿਹੜੇ ਚੰਗੇ ਵੱਡੇ ਹੁੰਦੇ ਸੀ ਉਹ ਉਹ ਗੱਡਾ ਲੈ ਕੇ ਪਹਿਲੋਂ ਲੰਘਦੇ ਹੁੰਦੇ ਸੀ ਪਹਿਲੋਂ ਕਿਉਂਕਿ ਪਹਿਲੋਂ ਲੰਘਾਉਣੇ ਬਹੁਤ ਔਖਾ ਆ ਉਹਨੂੰ ਕਹਿੰਦੇ ਲੀਹਾਂ ਪਾਉਣੀਆਂ ਜਦੋਂ ਜਿਹੜੀ ਲੀਹ ਪਾਉਣੀ ਆ ਉਹ ਔਖੀ ਆ ਜਿਹੜਾ ਫਿਰ ਮਗਰ ਆ ਗਿਆ ਦੂਜਾ ਤੀਜਾ ਉਹਨੂੰ ਹੋਰ ਸੌਖਾ ਹੋ ਜਾਂਦਾ ਕਰਕੇ ਉਹ ਜਿਹੜੀ ਜਿਹੜੀ ਮਿੱਟੀ ਆ ਉਹ ਟਾਇਰਾਂ ਨਾਲ ਉਹਦੀ ਬੈਠੀ ਹੋਈ ਹੁੰਦੀ ਆ ਅਤੇ ਉਹ ਦੂਸਰੇ ਨੇ ਉਹਦੇ ਉੱਥੋਂ ਦੀ ਸੌਖਾ ਲੰਘ ਜਾਣਾ ਹੁੰਦਾ ਸੋ ਸਾਨੂੰ ਰੱਬ ਨੇ ਜਾਂ ਸਾਨੂੰ ਸਰੋਤਿਆਂ ਨੇ ਜ਼ਿੰਮੇਵਾਰੀ ਦਿੱਤੀ ਆ ਕਿ ਤੁਸੀਂ ਕੋਈ ਨਾ ਕੋਈ ਨਵੀਂ ਗੱਲ ਕੱਢੋ ਕੋਈ ਨਵੀਂ ਗੱਲ ਚੀਜ਼ ਲੈ ਕੇ ਆਓ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਨਵਾਂ ਤਜਰਬਾ ਕੀਤਾ ਜਾਵੇ ਕਦੇ ਕਿਸੇ 'ਤੇ ਕਦੇ ਕਿਸੇ 'ਤੇ ਮੈਨੂੰ ਬਿਜ਼ੀ ਇੰਨਾ ਕਰ ਦਿੱਤਾ ਕਿ ਮਤਲਬ ਹਰ ਵੀਕਐਂਡ ਤੇ ਮੈਂ ਕਦੇ ਕਿਤੇ ਆ ਕਦੇ ਕਿਤੇ ਮੈਂ ਐਵਰੀ ਵੀਕ ਫਲਾਈਟ 'ਚ ਆ ਸੋ ਕਦੇ ਕਿਤੇ ਜਾ ਰਹੇ ਕਦੇ ਕਿਤੇ ਜਾ ਰਹੇ ਟੂ ਮੱਚ ਟੂਰਿੰਗ ਸਾਰੇ ਜਾਣ ਦਾ ਬਟ ਅਸੀਂ ਔਲਰੇਡੀ ਜਿਹੜੇ 5 ਦਿਨ 4 ਦਿਨ ਮੇਰੇ ਕੋਲ ਵਿਹਲੇ ਹੁੰਦੇ ਸੀ ਇੰਗਲੈਂਡ ਦੇ ਵਿੱਚ ਅਸੀਂ ਜਿਹੜੀ ਨਵੀਂ ਫਿਲਮ ਮੈਂ ਕਰ ਰਿਹਾ ਹਾਂ ਉਹ ਕੰਪਲੀਟ ਹੋ ਗਈ ਔਲਰੇਡੀ ਐਂਡ ਅਸੀਂ ਕ੍ਰਿਸਮਿਸ ਤੋਂ ਪਹਿਲਾਂ ਉਹਨੂੰ ਰਿਲੀਜ਼ ਕਰਾਂਗੇ ਉਹਦਾ ਨਾਂ ਆ ਸਾਡੇ ਲੇਖ ਜਿਹੜੀ ਸਾਡੀ ਕਿਸਮਤ ਔਰ ਬਹੁਤ ਜਿੱਦਾਂ ਹਾਲੀਵੁੱਡ ਵਾਲੇ ਨੇ ਉਹ ਹਮੇਸ਼ਾ ਕਰਨਗੇ ਹਮਾਰੀ ਸਟੋਰੀ ਤੋਂ ਬਹੁਤ ਹਟ ਕੇ ਆ ਹੱਟ ਉੱਠ ਕੇ ਹੁੰਦੀ ਤਾਂ ਨਹੀਂ ਹੁੰਦਾ ਤਾਂ ਸਾਰਾ ਕੁਛ ਸੇਮ ਆ ਨਾ ਪਰ ਸਾਡੀ ਸਟੋਰੀ ਸੱਚੀ ਬਹੁਤ ਹਟ ਕੇ ਆ ਤੁਸੀਂ ਇਸ ਸਬਜੈਕਟ ਤੇ ਵੀ ਪਹਿਲੋਂ ਫਿਲਮ ਨਹੀਂ ਬਣੀ ਦੇਖੀ ਹੋਊਗੀ ਓ ਵੈਰੀ ਨਾਈਸ ਹਾਂ ਇਹਦੇ ਵਿੱਚ ਇਸ 4 ਸੌਂਗ ਨੇ ਫਿਲਮ ਦੇ ਵਿੱਚ ਅੱਜ ਕੱਲ੍ਹ ਬਹੁਤ ਕਾਮੇਡੀ ਅਤੇ ਜਾਂ ਇੱਧਰ ਦੋ ਦੀਆਂ ਫਿਲਮਾਂ ਆਉਂਦੀਆਂ ਪਰ ਜਿਹਦਾ ਮੀਨਿੰਗ ਨਹੀਂ ਹੁੰਦਾ ਕੁਛ ਵੀ ਸਾਡੀ ਫਿਲਮ ਦਾ ਮੀਨਿੰਗ ਵੀ ਆ 4 ਗੀਤ ਉਹਦੇ ਵਿੱਚ ਨੇ ਔਰ ਗੁਰਮੀਤ ਸਿੰਘ ਦਾ ਮਿਊਜ਼ਿਕ ਇਹਦੇ ਵਿੱਚ ਆ ਰਿੱਕੀ ਐਂਡ ਰਿੱਕੀ ਨੇ ਇਹਨੂੰ ਡਾਇਰੈਕਟ ਕੀਤਾ ਔਰ ਅਸੀਂ ਸਾਰੇ ਜਿਹੜੇ ਦਲਜੀਤ ਸਿੰਘ ਸਾਡਾ ਪ੍ਰੋਡਿਊਸਰ ਹੈ ਐਂਡ ਸਾਰੇ ਜਿਹੜੇ ਆਰਟਿਸਟ ਨੇ ਅਸੀਂ ਇੰਗਲੈਂਡ ਤੋਂ ਲੈ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਨਾ ਕਿ ਤੁਸੀਂ ਵੀ ਕਰੋ ਫਿਲਮਾਂ 'ਚ ਕੰਮ ਤੁਸੀਂ ਕਿਹਾ ਮੈਂ ਵੀ ਕੀਤਾ ਸੋ ਅਸੀਂ ਉੱਥੋਂ ਵੀ ਕੁੜੀਆਂ ਇੰਗਲੈਂਡ ਤੋਂ ਵੀ ਲਈਆਂ ਅਤੇ ਉੱਥੋਂ ਕਾਸਟਦਾਰੀ ਉੱਥੋਂ ਹੀ ਲਈ ਆ ਸੋ ਦਿਸ ਇਜ਼ ਦਾ ਫਸਟ ਫਿਲਮ ਤੁਸੀਂ ਕਹਿ ਸਕਦੇ ਹਾਂ ਜਿਹੜੇ ਪ੍ਰੋਡਿਊਸਰ ਵੀ ਡਾਇਰੈਕਟਰ ਵੀ ਅਤੇ ਅਸੀਂ ਵੀ ਕਰਕੇ ਇੰਗਲੈਂਡ ਹੀ ਰਹਿੰਦੇ ਹਾਂ ਅਤੇ ਉੱਥੋਂ ਹੀ ਸਾਰੀ ਕਾਸਟ ਲੈ ਕੇ ਅਸੀਂ ਇੰਗਲੈਂਡ 'ਚ ਬਣਾਏ ਵੈਰੀ ਨਾਈਸ ਅਤੇ ਅਸੀਂ ਬਿਫੋਰ ਕ੍ਰਿਸਮਸ ਅਸੀਂ ਰਿਲੀਜ਼ ਕਰਾਂ ਓਕੇ ਵੈਰੀ ਨਾਈਸ ਸੋ ਵੀ ਆਰ ਔਨ ਦਾ ਲੁੱਕਆਊਟ ਫॉर ਦੈਟ ਸੋ ਤੁਹਾਨੂੰ ਕਿਵੇਂ ਲੱਗਾ ਕੋਈ ਡਿਫਰੈਂਸ ਲੱਗਾ ਕਿ ਹੁਣ ਆਬਵੀਅਸਲੀ ਤੁਸੀਂ 뮤직 ਫਿਲਮ ਵੀਡੀਓਜ਼ 'ਚ ਇੰਨਾ ਕੰਮ ਕੀਤਾ ਹੈਗਾ ਤੁਹਾਨੂੰ ਟ੍ਰਾਂਜੀਸ਼ਨ 뮤직 ਵੀਡੀਓਜ਼ ਤੋਂ ਲੈ ਕੇ ਫਿਲਮ ਦੇ ਵਿੱਚ ਕਿਵੇਂ ਲੱਗਾ ਬਹੁਤ ਸੋਹਣਾ ਲੱਗਾ ਮੈਂ ਬਹੁਤ ਇੰਜੋਏ ਕੀਤਾ ਮੈਂ ਉਦਾਂ ਵੈਸੇ ਵੀ ਜਦੋਂ ਕੋਈ ਕੰਮ ਕਰਦੇ ਮੈਂ ਬਹੁਤ ਦਿਲੋਂ ਕਰਦਾ ਮੈਂ ਬਹੁਤ ਇੰਜੋਏ ਕਰਦਾ ਮੇਰੇ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਸੀ ਉਹ ਬੜੇ ਖੁਸ਼ ਸੀਗੇ ਕਹਿੰਦੇ ਭਾਅ ਜੀ ਮੈਂ ਤੁਹਾਡੇ ਵਰਗਾ ਡੈਡੀਕੇਟ ਬੰਦਾ ਨਹੀਂ ਦੇਖਿਆ ਕੰਮ ਨੂੰ ਕਿ ਜੇ ਤੁਸੀਂ ਕਹਿਤਾ 12 ਵਜੇ ਤਾਂ ਤੁਸੀਂ ਇੱਥੇ 12 ਵਜੇ ਖੜ੍ਹੇ ਆ ਮੈਂ ਕਿਹਾ ਇਹ ਚੀਜ਼ਾਂ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ ਮੈਨੂੰ 40 ਸਾਲ ਹੋ ਗਿਆ ਸਟੇਜ 'ਤੇ ਕੰਮ ਕਰਦਿਆਂ ਨੂੰ ਔਰ ਮੈਂ ਅੱਜ ਤੱਕ ਕਦੇ ਕਿਸੇ ਪ੍ਰੋਗਰਾਮ ਤੋਂ ਲੇਟ ਨਹੀਂ ਹੋਇਆ ਮੈਨੂੰ ਕਿਸੇ ਨੇ ਫੋਨ ਕਰਕੇ ਇਹ ਨਹੀਂ ਕਿਹਾ ਭਾਅ ਜੀ ਤੁਸੀਂ ਕਿੱਥੇ ਆ ਰਹੇ ਹੋ ਤੁਸੀਂ 2 ਘੰਟਾ 1.25 ਘੰਟਾ 1.5 ਘੰਟਾ ਪਹਿਲਾਂ ਜਾ ਕੇ ਸਾਊਂਡ ਚੈੱਕ ਕਰੋ ਮਿਊਜੀਸ਼ੀਅਨਸ ਦੇ ਨਾਲ ਗੱਲ ਕਰੋ ਅੱਜ ਆਪਾਂ ਕਰਨਾ ਕੀ ਆ ਅਸੀਂ ਮੈਂ ਪਹਿਲਾਂ ਤਾਂ ਬਹੁਤ ਡੈਡੀਕੇਟ ਰਿਹਾ ਆਪਣੇ ਕੰਮ ਨੂੰ ਬਹੁਤ ਮੈਂ ਹਮੇਸ਼ਾ ਪਹਿਲ ਦਿੱਤੀ ਹੈ ਸੋ ਬੜੇ ਖੁਸ਼ ਸੀ ਮੈਂ ਹਮੇਸ਼ਾ ਜਦੋਂ ਗੱਲ ਕਰਦੇ ਮੈਂ ਕਿਹਾ ਮੇਰੀ ਮੂੰਹ 'ਤੇ ਸਿਫਤ ਨਾ ਕਰਿਆ ਕਰੋ ਮੈਂ ਵੀ ਲੇਟ ਆਉਣ ਲੱਗ ਪੈਣਾ ਸੋ ਬਹੁਤ ਮੈਂ ਇੰਜੋਏ ਕੀਤਾ ਇਟਸ ਲਾਈਕ ਅ ਡਿਫਰੈਂਟ ਐਕਸਪੀਰੀਅੰਸ ਸੀ ਮੇਰੇ ਥੋੜ੍ਹਾ ਜਿਹਾ ਕਿਉਂਕਿ ਮੈਂ ਪਹਿਲਾਂ ਵੀ ਫਿਲਮ ਕੀਤੀ ਸੀ ਉਹ ਕਾਫੀ ਟਾਈਮ ਪਹਿਲਾਂ ਸੀ ਮਹਿੰਦੀ ਸ਼ਗਨਾਂ ਦੀ ਅਸੀਂ ਕੀਤੀ ਸੀ ਪਹਿਲਾਂ ਉਸ ਤੋਂ ਬਾਅਦ ਜਿਹੜੀਆਂ ਫਿਲਮਾਂ 'ਤੇ ਬਹੁਤਾ ਕੋਨਸਨਟਰੇਟ ਜਿੱਦਾਂ ਅਸੀਂ ਨਹੀਂ ਕੀਤਾ ਕਿਉਂਕਿ ਫਿਲਮਾਂ ਨੂੰ ਬੜਾ ਇੰਨੀ ਬਹੁਤ ਵੱਡੇ ਲੈਵਲ 'ਤੇ ਪ੍ਰਮੋਟ ਨਹੀਂ ਸੀ ਕੀਤਾ ਜਾਂਦਾ ਪਰ ਹੁਣ ਇੰਗਲੈਂਡ ਦੇ ਵਿੱਚ ਮੇਰੀ ਸੀਗੀ ਵੀ ਚਲੋ ਜੇ ਇੱਥੇ ਕੋਈ ਬਣੇ ਕਿਉਂਕਿ ਇੰਡੀਆ 'ਚ ਜਾ ਕੇ ਤਾਂ ਸ਼ੂਟ ਕਰਨਾ ਮੇਰੇ ਲਈ ਔਖਾ ਫਿਰ ਇੱਥੇ ਹੋਵੇ ਤਾਂ ਮੈਂ ਕਰ ਸਕਦਾ ਸੋ ਅਸੀਂ ਕੀਤਾ ਬਹੁਤ ਵਧੀਆ ਐਕਸਪੀਰੀਅੰਸ ਹੈ ਸੋ ਤੁਸੀਂ ਆਪਣੇ ਕੈਰੈਕਟਰ ਬਾਰੇ ਥੋੜਾ ਬਹੁਤ ਸਾਨੂੰ ਦੱਸ ਸਕਦੇ ਹੋ ਜਾਂ ਹਜੇ ਸੀਕ੍ਰੇਟ ਨਹੀਂ ਬਹੁਤ ਬਹੁਤ ਸੀਕ੍ਰੇਟ ਹੈ ਜੇ ਮੈਂ ਕੈਰੈਕਟਰ ਦੱਸ ਦਿੱਤਾ ਤਾਂ ਉਹ ਫਿਰ ਸਟੋਰੀ ਦੀ ਜਾਨ ਨਿਕਲ ਜਾਊਗੀ ਪਰ ਮੈਂ ਮੇਨ ਕੈਰੈਕਟਰ 'ਚ ਇਹ ਕਰ ਸਕਦੇ ਵੈਰੀ ਨਾਈਸ ਵੈਰੀ ਨਾਈਸ ਹਾਂ ਤੇ ਬਾਕੀ ਜਿਹੜੇ ਆ ਸਟੋਰੀ ਬਹੁਤ ਹੀ ਸੱਚੀ ਹਟ ਕੇ ਨੋਟ ਬੰਬੇ ਵਾਲਿਆਂ ਵਾਲੀ ਨਹੀਂ ਹਟ ਕੇ ਕਿ ਮਾਰੀ ਸਟੋਰੀ ਹਟ ਕੇ ਸਟੋਰੀ ਔਰ ਗਾਣੇ ਤੁਸੀਂ ਐਂ ਮਹਿਸੂਸ ਕਰੋਗੇ ਵੀ 3 ਘੰਟੇ ਦੀ ਫਿਲਮ ਹੈ ਅਤੇ ਤੁਹਾਨੂੰ ਪਤਾ ਨਹੀਂ ਲੱਗਣਾ ਕਦੇ ਕਿਹੜੇ ਵੇਲੇ ਹਾਂ ਬਹੁਤ ਅਸੀਂ ਬਹੁਤ ਮਿਹਨਤ ਕੀਤੀ ਤਕਰੀਬਨ 2 ਸਾਲ ਹੋ ਗਏ ਸਾਨੂੰ
ਇੱਥੇ ਜਦੋਂ ਮਤਲਬ ਆਫਟਰ ਕਰੋਨਾ ਤੋਂ ਮਗਰੋਂ ਅਸੀਂ ਸ਼ੁਰੂ ਕੀਤੀ ਆ ਸੋ 2 ਸਾਲ ਹੋ ਚਲੇ ਓ ਵਾਓ ਹਾਂ ਸ਼ੂਟਿੰਗ ਕੀਤੀ ਸਾਰਾ ਕੁਝ ਕੀਤਾ ਬਹੁਤ ਟਾਈਮ ਸਪੈਂਡ ਕੀਤਾ ਅਸੀਂ ਓਕੇ ਹਾਂਜੀ ਓਕੇ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਬਿਜ਼ੀ ਨਹੀਂ ਹੁੰਦੇ ਗਾਣੇ ਲਿਖਣ ਲੈ ਜਦੋਂ ਤੁਸੀਂ ਬਿਜ਼ੀ ਨਹੀਂ ਹੁੰਦੇ ਸ਼ੋਆਂ ਤੇ ਫਿਰ ਤੁਸੀਂ ਕਰਦੇ ਕੀ ਆਪਣੇ ਫ੍ਰੀ ਟਾਈਮ ਦੇ ਵਿੱਚ ਮੈਨੂੰ ਫ੍ਰੀ ਟਾਈਮ ਹੁੰਦਾ ਹੀ ਨਹੀਂ ਅੱਧਾ ਘੰਟਾ ਕਿਤੇ ਨਾ ਕਿਤੇ ਤੁਸੀਂ ਮੈਂ ਆਪਣੇ ਬੱਚਿਆਂ ਨਾਲ ਮੈਂ ਘਰ ਬੈਠਣਾ ਬਹੁਤ ਪਸੰਦ ਕਰਦਾ ਮੈਂ ਬਾਹਰ ਫਿਰਨ ਤੁਰਨ ਵਾਲਾ ਨਹੀਂ ਹੈਗਾ ਕਿਉਂਕਿ ਫਿਰ ਤੁਰ ਉੱਦਾਂ ਹੀ ਬਹੁਤ ਹੋ ਜਾਂਦਾ ਕਰਕੇ ਜਦੋਂ ਤੁਸੀਂ ਟੂਰ 'ਤੇ ਹੁੰਦੇ ਆ ਕਦੇ 10 ਦਿਨ ਬਾਹਰ ਕਦੇ 5 ਦਿਨ ਬਾਅਦ ਬਾਹਰ ਆ ਕਦੇ ਕਿਤੇ ਆ ਨਾ ਸੋ ਮੈਂ ਬੱਚਿਆਂ 'ਚ ਟਾਈਮ ਸਪੈਂਡ ਕਰਨ ਦੀ ਬਹੁਤ ਕੋਸ਼ਿਸ਼ ਕਰਦਾ ਹੁੰਦਾ ਬਾਕੀ ਮੇਰਾ ਫਿਰ ਇਹ ਹੁੰਦਾ ਕਿ ਮੈਂ ਬਾਜਾ ਫੜ ਕੇ ਰਿਹਰਸਲ ਕੀਤੇ ਆ ਕਿੰਨਾ ਟਾਈਮ ਹੋ ਗਿਆ ਗਾਇਆ ਨਾ ਫਿਰ ਮੈਂ ਨਵੇਂ ਗੀਤ ਲਿਖੇ ਆ ਤਾਂ ਮੈਂ ਇਹਦੀਆਂ ਕੰਪੋਜੀਸ਼ਨ ਦੇਖਾਂ ਮਿਊਜ਼ਿਕ ਨੂੰ ਹੀ ਆ 24 ਘੰਟੇ ਤੁਸੀਂ ਇਹ ਕਰ ਦੇਖ ਲਓ ਕਿ ਮੇਰੀ ਸਾਰੀ ਲਾਈਫ ਜਿਹੜੀ ਆ ਉਹ ਸਾਰੀ ਮਿਊਜ਼ਿਕ 'ਚ ਹੀ ਨਿਕਲ ਗਈ ਔਰ ਮੈਂ ਰੱਬ ਅੱਗੇ ਇਹੀ ਦੁਆ ਕਰਦਾ ਕਿ ਮੇਰੀ ਜਿਹੜੀ ਲਾਈਫ ਉਹ ਮੈਂ ਮਿਊਜ਼ਿਕ ਨੂੰ ਸਮਰਪਿਤ ਰਿਹਾ ਔਰ ਮਿਊਜ਼ਿਕ ਨੂੰ ਹੀ ਮੈਂ ਕਰਦਾ ਰਹਾਂ ਸਾਰੀ ਉਮਰ ਸੋ ਮੈਨੂੰ ਇਹ ਤਿੰਨ ਨਾਂ ਦੱਸੋ ਹਾਂਜੀ ਤਿੰਨ ਇਹੋ ਜਿਹੇ ਆਰਟਿਸਟ ਜਾਂ ਸਿੰਗਰ ਜਿਹੜੇ ਅੱਜ ਕੱਲ੍ਹ ਪੰਜਾਬੀ ਇੰਡਸਟਰੀ ਦੇ ਵਿੱਚ ਆ ਰਹੇ ਨੇ ਜਿਹੜੇ ਤੁਹਾਨੂੰ ਪਸੰਦ ਆ ਮੈਂ ਹੁਣ ਮੈਨੂੰ ਪਸੰਦ ਆ ਤੂੰ ਨਹੀਂ ਸਾਰੇ ਵਧੀਆ ਕੰਮ ਕਰ ਸਾਰੇ ਵਧੀਆ ਕੰਮ ਕਰ ਰਹੇ ਆ ਨਵੇਂ ਮੁੰਡੇ ਵੀ ਬਹੁਤ ਵਧੀਆ ਕਈ ਆ ਰਹੇ ਆ ਪਰ ਹੁਣ ਪ੍ਰੋਬਲਮ ਪਤਾ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰੀ ਆਡੀਅੰਸ ਨੂੰ ਵੀ ਦਿਸ ਟਾਈਮ 'ਤੇ ਲੋਕ ਜਿੱਦਾਂ ਸੋਚਦੇ ਆ ਗੁਰਪ੍ਰੀਤ ਕਿ ਅਸੀਂ ਹੈ ਨਾ ਸ਼ਾਇਦ ਮਿਊਜ਼ਿਕ ਹੁਣ ਜਿਹੜਾ ਆ ਉਹ ਛੇਤੀ ਪਾਪੂਲਰ ਹੋ ਜਾਂਦਾ ਆ ਜਾਂ ਹੁਣ ਮਤਲਬ ਸੌਖਾ ਹੋ ਗਿਆ ਪਰ ਮੈਂ ਸਮਝਦਾ ਹੁਣ ਸਭ ਤੋਂ ਔਖਾ ਆ ਕੰਪੀਟੀਸ਼ਨ ਹੀ ਬਹੁਤ ਹੋ ਗਿਆ ਕੰਪੀਟੀਸ਼ਨ ਇਨ ਦਾ ਸੈਂਸ ਕਿ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਥੋਂ ਗਾਣਾ ਕੌਣ ਆ ਜਾਂਦਾ ਜਿਹੜਾ ਮਰਜ਼ੀ ਤੁਸੀਂ ਹੁਣ ਕਿਉਂਕਿ ਪਹਿਲੋਂ ਕੰਪਨੀਆਂ ਹੁੰਦੀਆਂ ਸੀ ਉਹਦੇ ਵਿੱਚ ਸਾਨੂੰ ਜਾ ਕੇ ਅਤੇ ਉੱਥੋਂ ਸੁਣਾਉਣਾ ਪੈਂਦਾ ਹੁੰਦਾ ਸੀ ਬੜੀ ਇੱਕ ਰੈਪੂਟੇਸ਼ਨ ਵਾਲੀ ਗੱਲ ਹੁੰਦੀ ਸੀ ਕਿ ਕੈਸਟ ਰਿਲੀਜ਼ ਕਰਨੀ ਆ ਇਹ ਮਤਲਬ ਉਹਦੀਆਂ ਕੈਸਟ ਬਣਨੀਆਂ ਉਹਦੀਆਂ ਸੀਡੀਆਂ ਬਣਨੀਆਂ ਆ ਅਤੇ ਫਿਰ ਉਹ ਕੋਈ ਬਣਾਊਗਾ ਤਾਂ ਜਿੱਦਾਂ ਰਿਲੀਜ਼ ਹੋਣੀ ਆ ਸੋ ਹੁਣ ਤਾਂ ਜਦ ਸਿੱਧਾ ਯੂਟਿਊਬ 'ਤੇ ਆ ਅਤੇ ਕਿਸੇ ਨੂੰ ਪੁੱਛਣ ਦੱਸਣ ਦੀ ਵੀ ਲੋੜ ਨਹੀਂ ਹੁਣ ਤਾਂ ਕਦੇ ਕੋਈ ਖੜਕਾ ਵੀ ਨਹੀਂ ਹੁੰਦਾ ਸਿੱਧਾ ਹੀ ਉਹ ਮੰਨ ਲਓ ਯੂਟਿਊਬ 'ਤੇ ਪਾ ਦਿੰਦੇ ਗਾਣਾ ਅਤੇ ਉੱਥੋਂ ਆ ਜਾਂਦਾ ਅਤੇ ਉਹ ਫਿਰ ਕਈ ਗਾਣੇ ਜਿਹੜੇ ਲੋਕਾਂ ਦਾ ਜਿਹੜਾ ਦਿਲ ਇੱਦਾਂ ਜਿਹਾ ਹੋ ਗਿਆ ਕਿ ਯਾਰ ਅੱਜ ਕੱਲ੍ਹ ਦਾ ਮਿਊਜ਼ਿਕ ਇੰਨਾ ਵਧੀਆ ਨਹੀਂ ਅੱਜ ਕੱਲ੍ਹ ਦਾ ਮਿਊਜ਼ਿਕ ਯੇ ਨਹੀਂ ਮਿਊਜ਼ਿਕ ਵਧੀਆ ਵੀ ਆ ਪਰ ਉਹਨੂੰ ਸੁਣਿਆ ਨਹੀਂ ਜਾਂਦਾ ਫਿਰ ਅਤੇ ਜਿਹੜੇ ਹੈਗੇ ਫੇਕ ਵਿਊਆਂ ਵਾਲੇ ਉਹ ਕਈ ਵਾਰੀ ਸੋਚਦੇ ਹੈਗੇ ਆ ਵੀ ਸਾਡਾ 10 ਮਿਲੀਅਨ ਹੋ ਗਿਆ ਜਾਂ ਸਾਡਾ 15 ਮਿਲੀਅਨ ਹੋ ਗਿਆ ਪਰ ਗਾਣਾ ਕਿਸੇ ਦੇ ਸੁਣਿਆ ਹੀ ਨਹੀਂ ਹੁੰਦਾ ਤੁਸੀਂ ਦੇਖਿਆ ਕਿੰਨੇ ਗਾਣੇ ਆ ਦੁਨੀਆ 'ਤੇ ਤੁਸੀਂ ਅੱਜ ਯੂਟਿਊਬ 'ਤੇ ਕੱਢ ਕੇ ਦੇਖ ਲਓ 200 ਮਿਲੀਅਨ ਵੀ ਕਈਆਂ ਦੀ ਆ ਹੁਣ 300 ਮਿਲੀਅਨ ਵੱਡਾ ਕਰਕੇ ਲਿਖ ਮੈਂ ਹੈਰਾਨ ਆ ਵੀ ਮੈਂ ਹੀ ਨਹੀਂ ਕਦੇ ਸੁਣੇ ਉਹ ਗਾਣੇ ਮੈਂ ਹੀ ਨਹੀਂ ਕਦੇ ਸੁਣੇ ਉਹ 300 ਮਿਲੀਅਨ ਕਰੀ ਕਿਹੜਾ ਬੰਦਾ ਸੁਣ ਗਿਆ ਫਿਰ ਤੁਸੀਂ ਮੇਰਾ ਗਾਣਾ ਵੀ ਨਹੀਂ ਸੁਣਿਆ ਜਿਹੜਾ 500 ਮਿਲੀਅਨ ਵਿਊ ਸੋ ਜਿਹੜੇ ਮੁੰਡਿਆਂ ਦਾ ਤੂੰ ਤਿੰਨਾਂ ਦਾ ਨਾਂ ਲਿਆ ਵੀ ਮੈਨੂੰ ਤਿੰਨਾਂ ਦਾ ਕੀ ਕਹਿਣਾ ਮੈਨੂੰ ਸਾਰਿਆਂ 'ਤੇ ਹੀ ਮੈਨੂੰ ਚੰਗਾ ਲੱਗਦਾ ਆ ਕਿ ਕਿਉਂਕਿ ਐਜ ਏ ਸੀਨੀਅਰ ਸਾਨੂੰ ਸਾਰਿਆਂ ਨੂੰ ਇਨਕਰੇਜ ਕਰਨਾ ਚਾਹੀਦਾ ਕਿ ਚੰਗਾ ਮਿਊਜ਼ਿਕ ਲੈ ਕੇ ਆਓ ਤੁਸੀਂ ਜੇ ਮਤਲਬ ਸਾਡੇ ਵਾਂਗ ਟਿਕਣਾ ਤਾਂ ਇੰਨੇ ਸਾਲਾਂ ਤੋਂ ਜੇ ਤੁਸੀਂ ਲੋਕਾਂ 'ਚ ਟਿਕਣਾ ਕੰਮ ਕਰਕੇ ਕਰਨਾ ਤਾਂ ਤੁਹਾਨੂੰ ਉਹਦੇ ਲਈ ਮਿਹਨਤ ਬਹੁਤ ਚਾਹੀਦੀ ਹੈ ਇਹ ਮਿਊਜ਼ਿਕ ਜਿਹੜਾ ਆ ਇਹ ਬਹੁਤ ਵੱਡਾ ਬਿਜ਼ਨਸ ਆ ਇਹਨੂੰ ਐਵੇਂ ਫਨ ਨਾ ਲਓ ਇਹਨੂੰ ਜੋਕ ਨਾ ਲਓ ਵੀ ਠੀਕ ਹੈ ਜੇ ਚੱਲ ਗਿਆ ਨਹੀਂ ਤਾਂ ਨਾ ਸਹੀ ਪਰ ਜਦੋਂ ਇਹਨੂੰ ਜੇ ਤੁਸੀਂ ਇਹਨੂੰ ਕੰਸੈਂਟਰੇਟ ਕਰੋਗੇ ਤੇ ਤੁਸੀਂ ਬਹੁਤ ਵੱਡੀ ਇਹਦੇ ਵਿੱਚੋਂ ਮਤਲਬ ਆਪਣੀ ਰੋਟੀ ਪਾਣੀ ਕਮਾ ਸਕਦੇ ਹੋ ਯੈਸ ਵੈਰੀ ਨਾਈਸ ਵੈਰੀ ਨਾਈਸ ਸੋ ਜਦੋਂ ਤੁਸੀਂ ਮੰਨ ਲਓ ਕਿ ਤੁਸੀਂ ਜੇ ਗੱਡੀ 'ਚ ਹੋ ਜਾਂ ਘਰੇ ਆ ਤਾਂ ਤੁਹਾਡੇ ਕੋਲ ਮੌਕਾ ਮਿਲਿਆ ਕੋਈ ਵੀ ਗਾਣਾ ਸੁਣਦਾ ਤੁਸੀਂ ਕਿਹੜੇ ਗਾਣੇ ਸੁਣਦੇ ਮੈਂ ਪੁਰਾਣੇ ਗਾਣੇ ਬਹੁਤ ਸੁਣਦਾ ਮੈਨੂੰ ਬਹੁਤ ਚੰਗੇ ਲੱਗਦੇ ਮੈਨੂੰ ਫਤਿਹ ਅਲੀ ਖਾਨ ਸਾਹਿਬ ਸਾਡੇ ਉਸਤਾਦ ਜੀ ਮਾਨਕ ਸਾਹਿਬ ਸੁਰਿੰਦਰ ਕੌਰ ਪ੍ਰਕਾਸ਼ ਕੌਰ ਅੱਜ ਕੱਲ੍ਹ ਦੇ ਵੀ ਮੁੰਡੇ ਮੈਂ ਜਦੋਂ ਪਹਿਲੋਂ ਇੰਡੀਆ ਜਾਂਦੇ ਹੁੰਦੇ ਕੈਸਟਾਂ ਹੁੰਦੀਆਂ ਸੀ ਨਾ ਤਾਂ ਮੇਰੇ ਕੋਲ 60-70 ਐਲਬਮ ਸਾਰੀਆਂ ਮੈਂ ਲੈ ਕੇ ਆਉਂਦਾ ਮੈਂ ਸਾਰਿਆਂ ਨੂੰ ਸੁਣਦਾ ਸਾਰਿਆਂ ਨੂੰ ਕਿਉਂਕਿ ਸੁਣਨਾ ਚਾਹੀਦਾ ਤੁਹਾਨੂੰ ਇੰਗਲਿਸ਼ ਗਾਣੇ ਵੀ ਸੁਣਦੇ ਆ ਸਪੈਨਿਸ਼ ਗਾਣੇ ਵੀ ਸੁਣਦੇ ਆ ਜਿਹੜੀ ਤੁਸੀਂ ਮੈਂ 77 ਕੰਟਰੀ ਦੇ ਵਿੱਚ ਪ੍ਰੋਗਰਾਮ ਕੀਤੇ ਆ 77 ਕੰਟਰੀ ਇਮੈਜਿਨ ਕਰੋ ਕਿ ਲਾਈਵ ਗਾਇਆ ਔਰ ਬੰਦਾ 77 ਸ਼ਹਿਰਾਂ 'ਚ ਹੀ ਗਾਲਵੇ ਤਾਂ ਉਹ ਕਹਿੰਦਾ ਮੈਂ ਬਹੁਤ ਵੱਡਾ ਸੁਪਰਸਟਾਰ ਹੋ ਗਿਆ ਸ਼ਹਿਰਾਂ 'ਚ ਨਹੀਂ ਕੰਟਰੀਆਂ 'ਚ ਅਤੇ ਜਿਹੜੀ ਤੁਸੀਂ ਕੰਟਰੀ 'ਚ ਜਾਂਦੇ ਨਾ ਮੇਰੇ ਕਹਿਣ ਦਾ ਮਤਲਬ ਇਹ ਹੈ ਮੈਂ ਸ਼ੋਅ ਆਫ ਨਹੀਂ ਕਰਦਾ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਜਾਂਦੇ ਨਾ ਉੱਥੋਂ ਦਾ ਮਿਊਜ਼ਿਕ ਵੀ ਸੁਣਨਾ ਚਾਹੀਦਾ ਉੱਥੋਂ ਦੀਆਂ ਕੁਛ ਕੁ ਗੱਲਾਂ ਸੁਣਨੀਆਂ ਚਾਹੀਦੀਆਂ ਕੁਛ ਕਰਨੀਆਂ ਚਾਹੀਦੀਆਂ ਸੋ ਤਾਂ ਕਿ ਉਹ ਵੀ ਤੁਹਾਡੇ ਨਾਲ ਇਨਵੋਲਵ ਹੋਣ ਸੋ ਮੈਂ ਹਰ ਤਰ੍ਹਾਂ ਦਾ ਤਕਰੀਬਨ ਮਿਊਜ਼ਿਕ ਸੁਣਦਾ ਨਵੇਂ ਮੁੰਡਿਆਂ ਨੂੰ ਵੀ ਕਈ ਵਾਰੀ ਉਹ ਜੱਕਦੇ ਸਾਨੂੰ ਬੁਲਾਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਭਾਅ ਜੀ ਨੂੰ ਪਤਾ ਨਹੀਂ ਹੋਣਾ ਮੇਰਾ
ਪਰ ਮੈਂ ਉਹਨੂੰ ਕਈ ਵਾਰੀ ਨਿਆਣਿਆਂ ਨੂੰ ਕਹਿ ਦਿੰਦਾ ਵੀ ਕਾਕਾ ਆ ਤੇਰਾ ਨਾਂ ਆ ਨਹੀਂ ਆ, ਤੇਰਾ ਫਲਾਨਾ ਗਾਣਾ ਬਹੁਤ ਚੰਗਾ। ਉਹ ਕਹੋ ਭਾਅ ਜੀ ਤੁਸੀਂ ਸੁਣਿਆ? ਮੈਂ ਕਿਹਾ ਯਾਰ ਸਾਨੂੰ ਸਾਰੇ ਗਾਣੇ ਸੁਣਨੇ ਪੈਂਦੇ ਆ, ਔਰ ਜਿਹੜੇ ਚੰਗੇ ਗਾਣੇ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਇਹ ਨਹੀਂ ਹੈਗਾ ਵੀ ਤੁਸੀਂ ਸਾਰਿਆਂ ਨੂੰ ਨਿੰਦੀ ਜਾਓ। ਜੇ ਆਪਾਂ ਸਾਰਿਆਂ ਨੂੰ ਨਿੰਦੀ ਜਾਓਗੇ, ਕਈ ਨਿਆਣਿਆਂ ਨੂੰ ਉਹ ਕੋਸ਼ਿਸ਼ ਬਹੁਤ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਹੈਗਾ। ਮੈਂ ਯੰਗਸਟਰ ਨੂੰ ਕਦੇ ਡਿਸਐਨਕਰੇਜ ਨਹੀਂ ਕੀਤਾ ਕਿ ਨਹੀਂ ਯਾਰ ਇਹਨਾਂ ਨੂੰ ਗਾਉਣਾ ਨਹੀਂ ਆਉਂਦਾ। ਨਹੀਂ ਗਾਉਣਾ ਆਉਂਦਾ ਸਿੱਖ ਜਾਣਗੇ, ਉਹਨਾਂ ਦਾ ਸ਼ੌਂਕ ਆ। ਦੇ ਆਰ ਨੋਟ ਡਰੱਗ ਵਾਲੇ ਪਾਸੇ ਥੋੜ੍ਹੋ ਜਾ ਰਹੇ ਆ। ਡਰੱਗ ਨਾ ਕਰੋ, ਕੁਛ ਗਲਤ ਕੰਮ ਨਾ ਕਰੋ, ਗੈਂਗਸਟਰਾਂ ਦੇ ਨਾਲ ਤੋਂ ਪਰੇ ਰਹੋ, ਹੈ ਨਾ। ਤੁਸੀਂ ਚੰਗੇ ਕੰਮ ਜਦੋਂ ਕਰੋਗੇ ਤੇ ਜਿਹੜਾ ਦੂਜਾ ਸੀਨੀਅਰ ਤੁਹਾਡਾ ਉਹਨੂੰ ਚਾਹੀਦਾ ਵੀ ਇਹਨੂੰ ਐਪਰੀਸ਼ੀਏਟ ਕਰਨਾ। ਐਬਸੋਲੂਟਲੀ, ਬਹੁਤ ਵਧੀਆ। ਸੋ ਮੈਂ ਸਾਰਿਆਂ ਨੂੰ ਸੁਣ ਕੇ ਉਹਨਾਂ ਨੂੰ ਐਪਰੀਸ਼ੀਏਟ ਕਰਾਂ। ਵੈਰੀ ਨਾਈਸ। ਜਦੋਂ ਜਿੰਨਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਉੱਤੋਂ ਲੈ ਕੇ ਹੁਣ ਤੱਕ, ਹਾਂਜੀ, ਤੁਹਾਨੂੰ ਕਦੇ ਵੀ ਕਿਤੇ ਵੀ ਇੱਦਾਂ ਮਹਿਸੂਸ ਹੋਇਆ ਕਿ ਨਹੀਂ ਤੁਸੀਂ ਬਸ ਛੱਡ ਦੇਣਾ, ਮੈਂ ਨਹੀਂ ਕਰਨਾ ਹੈਗਾ, ਜਾਂ ਡਿਸਇਨਕਰੇਜਮੈਂਟ ਕਿਤੋਂ ਮਿਲਿਆ ਹੋਵੇ, ਜਾਂ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ ਔਖਾ ਹੈਗਾ, ਜਾਂ ਕਿਸੇ ਨੇ ਕੋਸ਼ਿਸ਼ ਕੀਤੀ ਹੋਊਗੀ ਕਿ ਲਾਈਕ ਯੂ ਨੋ ਕਿ ਤੁਸੀਂ ਨਾ ਗਾਓ? ਨਹੀਂ, ਮੈਨੂੰ ਅੱਜ ਤੱਕ ਕਦੇ ਇਹੋ ਜਿਹੀ ਕਦੇ ਫੀਲਿੰਗ ਹੀ ਨਹੀਂ ਆਈ। ਤੁਸੀਂ ਬਿਲੀਵ ਕਰੋਗੇ, ਕਈ ਵਾਰੀ ਤੁਸੀਂ ਮੈਂ ਤੁਸੀਂ ਦੇਖ ਲਓ ਵੀ ਇੰਗਲੈਂਡ ਤੋਂ ਕਈ ਵਾਰੀ 10 ਘੰਟੇ 11 ਘੰਟੇ ਦੀ ਫਲਾਈਟ ਲੈ ਕੇ 5 ਵਜੇ ਉਤਰੇ ਹਾਂ, ਤਾਂ 7 ਵਜੇ 8 ਵਜੇ ਮੈਂ ਫਿਰ ਵੀ ਤੁਹਾਡੇ ਇੱਥੇ ਵੈਨਕੂਵਰ ਆਉਣ ਕੇ ਡਾਇਰੈਕਟ ਵੀ ਪ੍ਰੋਗਰਾਮ ਕਰਦੇ ਰਹਿੰਦੇ। ਅਤੇ ਉਹ ਮਤਲਬ ਤੁਸੀਂ ਕਈ ਮੇਰੇ ਕਹਿਣ ਦਾ ਮਤਲਬ ਕਈ ਵਾਰੀ ਤੁਸੀਂ ਬਹੁਤ ਥੱਕੇ ਹੁੰਦੇ ਆ, ਟਾਇਰਡ ਹੁੰਦੇ ਆ, ਬਹੁਤ ਟਾਇਰਡ ਹੁੰਦੇ ਆ, ਪਰ ਜਦੋਂ ਤੁਸੀਂ ਸਟੇਜ 'ਤੇ ਜਾਂਦੇ ਨਾ, ਲੋਕ ਤੁਹਾਨੂੰ ਪਿਆਰ ਹੀ ਇੰਨਾ ਦਿੰਦੇ ਆ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਜਦੋਂ ਕਹਿੰਦੇ ਵੀ ਮੈਂ ਆ। ਜਦੋਂ ਮੈਨੂੰ ਕੁਦਰਤ ਵੱਲੋਂ ਹੀ ਮੈਂ ਸਟੇਜ 'ਤੇ ਚਾਦਰ ਕੁੜਤਾ ਪਾ ਕੇ ਜਾਣਾ ਨਾ, ਹਾਂਜੀ, ਤੁਸੀਂ ਦੇਖਿਆ ਹੀ ਮੇਰੀਆਂ ਲਾਈਵ ਪ੍ਰੋਗਰਾਮ, ਉਹ ਚਾਦਰ ਕੁੜਤਾ ਪਾ ਕੇ ਜਦੋਂ ਮਤਲਬ ਕਿੰਨਾ ਵੀ ਥੱਕਿਆ ਹੋਵੇ, ਉਹ ਕੁਦਰਤ ਦੀ ਕੋਈ ਗੱਲ ਹੈ, ਕਿੰਨੇ ਵੀ ਥੱਕੇ ਹੋਏ, ਜਦੋਂ ਉਹ ਸਟੇਜ ਦੇ ਕੱਪੜੇ ਪਾ ਲਏ ਨੇ ਨਾ, ਤਾਂ ਤੁਹਾਡੇ ਵਿੱਚ ਤੁਸੀਂ ਫਿਰ ਤੁਸੀਂ ਨਹੀਂ ਰਹਿੰਦੇ, ਤੁਹਾਡੇ ਵਿੱਚ ਕੋਈ ਕੁਦਰਤ ਵੱਲੋਂ ਹੀ ਕੋਈ ਐਸੀ ਤਾਕਤ ਆ ਜਾਂਦੀ ਆ, ਇੰਨੀ ਇਨਕਰੇਜ ਆ ਜਾਂਦੀ, ਮਿੰਟ ਆ ਜਾਂਦੀ ਆ ਕਿ ਤੁਹਾਨੂੰ ਜਿਹੜੀ ਥਕਾਵਟ ਉਹ ਲੈ ਜਾਂਦੀ ਹੈ, ਔਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਿੰਨੇ ਕਦੋਂ 2-2.5 ਘੰਟੇ ਗਾ ਕੇ, ਅਤੇ ਉੱਦਾਂ ਦੇ ਫੇਰ ਹੁੰਦੇ ਆ। ਸੋ ਮੈਨੂੰ ਕਦੇ ਇੱਦਾਂ ਦਾ ਅੱਜ ਤੱਕ ਨਹੀਂ ਟੱਚ ਵੁੱਡ ਕਦੇ ਫੀਲ ਨਹੀਂ ਹੋਇਆ ਕਿ ਨਹੀਂ ਮੈਨੂੰ ਹੁਣ ਜਿੱਦਾਂ ਬਹੁਤ ਜ਼ਿਆਦਾ ਕਰ ਲਿਆ ਹੁਣ ਹਟ ਜਾਣਾ। ਹਾਲਾਂਕਿ ਮੇਰੇ ਨਿਆਣੇ, ਮੇਰੀ ਵਾਈਫ, ਉਹ ਮੈਨੂੰ ਕਹਿੰਦੇ ਰਹਿੰਦੇ ਹੁਣ, ਸੱਚੀ ਮੈਂ ਦੇਖੋ ਕੈਮਰੇ 'ਤੇ ਕਹਿ ਕਿ ਤੁਸੀਂ ਬਹੁਤ ਕੰਮ ਕੀਤਾ, ਤੁਸੀਂ ਹੁਣ ਥੋੜ੍ਹਾ ਕੰਮ ਕਰਨ ਲੱਗ ਪਓ। ਮੈਂ ਕਹਿੰਦੇ ਮੇਰੇ ਗਾਣੇ ਇੰਨੇ ਸੁਪਰੈਟ ਹੋ ਰਹੇ ਆ, ਲੋਕ ਕਹਿੰਦੇ ਲੋਕਾਂ ਕੋਲ ਕੰਮ ਹੈ ਨਹੀਂ, ਉਹ ਕਹਿੰਦੇ ਸਾਨੂੰ ਕੰਮ ਹੋਵੇ, ਮੇਰੇ ਘਰ ਦੇ ਕਹਿੰਦੇ ਤੂੰ ਕੰਮ ਥੋੜ੍ਹਾ ਕਰ, ਹੈ ਨਾ, ਕਿ ਤੁਸੀਂ ਹੁਣ ਨਹੀਂ ਕੰਮ ਥੋੜ੍ਹਾ ਕਰਾਓ, ਸ਼ੋਅ ਘੱਟ ਕਰ ਦਿਓ। ਮੈਂ ਕਿਹਾ ਨਹੀਂ, ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਕੋਈ ਟਾਈਡ ਹੋਵਾਂ ਜਾਂ ਮੈਂ ਕਦੇ ਹਟ ਜਾਵਾਂ, ਮੈਨੂੰ ਲੱਗਦਾ ਵੀ ਇੱਦਾਂ ਹੀ ਚੱਲਦਾ ਰਹੇਗਾ। ਵੈਰੀ ਨਾਈਸ। ਹਾਂ, ਸੋ ਇਹ ਹੁਣ ਜਿਹੜਾ ਇਹ ਗਾਣਾ ਰਿਲੀਜ਼ ਹੋਇਆ ਮੋਬਾਈਲ, ਇਸ ਗਾਣੇ ਤੋਂ ਬਾਅਦ ਦੇ ਵਿੱਚ ਤੁਸੀਂ ਕਦੋਂ ਡਿਸਾਈਡ ਕਰਦੇ ਕਿਉਂਕਿ ਹੁਣ ਹੋਰ ਗਾਣਾ ਹੋ ਜਾਵੇ? ਹਾਂ, ਮੈਂ ਇਹ ਬਹੁਤ ਤੇਰਾ ਵਧੀਆ ਕੁਐਸਚਨ ਆ, ਬਿਕੋਜ਼ ਮੈਂ ਗਾਣੇ ਨਾ ਲਾਈਨ ਅਪ ਰੱਖਦਾ ਪਹਿਲੋਂ। ਓਕੇ। ਹਾਂ, ਉਹਦੀ ਬੈਕਅਪ ਲਈ ਕਿ ਹੁਣ ਇਸ ਤੋਂ ਬਾਅਦ ਕੀ ਹੋਣਾ ਚਾਹੀਦਾ, ਇਸ ਤੋਂ ਬਾਅਦ ਕੀ ਹੋਣਾ ਚਾਹੀਦਾ, ਪਰ ਮੈਂ ਕੋਸ਼ਿਸ਼ ਕਰਦਾ ਕਿ ਪਹਿਲੋਂ ਜਦੋਂ ਗਾਣਾ ਰਿਲੀਜ਼ ਹੁੰਦਾ ਨਾ, ਦੇਖੋ ਇਹ ਗਾਣਾ ਆਪਾਂ 1 ਸਾਲ ਅਤੇ 7 ਮਹੀਨੇ ਹੋ ਗਿਆ ਕਾਲੀ ਐਨਕ ਨੂੰ ਕੀਤਾ, ਮਤਲਬ ਨੀਅਰਲੀ 2 ਈਅਰ ਹੋ ਚੱਲੇ ਮੈਂ ਰਿਲੀਜ਼ ਨਹੀਂ ਕੀਤਾ ਹੋਰ ਕੋਈ ਗਾਣਾ। ਇੱਕ ਤਾਂ ਇਹ ਵੀ ਮੈਂ ਜੰਕਸਟਰਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਨਵੇਂ ਸਿੰਗਰ ਆ ਕਿ ਗਾਣੇ 'ਤੇ ਗਾਣਾ ਵੀ ਰਿਲੀਜ਼ ਨਹੀਂ ਕਰਨਾ ਚਾਹੀਦਾ। ਕਈ ਜਿਹੜੇ ਮੈਂ ਦੇਖੇ ਮੁੰਡੇ ਸਾਡੇ, ਮਤਲਬ ਉਹ 2 ਮਹੀਨਿਆਂ ਬਾਅਦ ਫਿਰ ਗਾਣਾ ਆ ਗਿਆ। ਲੋਕਾਂ ਨੂੰ ਥੋੜ੍ਹਾ ਜਿਹਾ ਭੁੱਖ ਲੱਗ ਲੈਣੀ ਚਾਹੀਦੀ ਹੈ ਨਾ, ਜਦੋਂ ਭੁੱਖ ਲੱਗੀ ਆ ਫਿਰ ਹਰ ਤਰ੍ਹਾਂ ਦਾ ਫੂਡ ਤੁਹਾਨੂੰ ਚੰਗਾ ਲੱਗਦਾ, ਹੈ ਨਾ, ਅਤੇ ਰੱਜੇ ਨੂੰ ਤਾਂ ਕੜਾਹ ਵੀ ਨਹੀਂ ਚੰਗਾ ਲੱਗਦਾ ਕਹਿੰਦੇ। ਹਾਂਜੀ, ਉਹ ਇੰਨੇ ਬਣਾ ਉਹਨਾਂ ਨੂੰ ਗਾਣੇ ਦੇ ਦਿਓ ਕਿ ਉਹ ਬੰਦਾ ਕਹਿੰਦਾ ਯਾਰ ਇਹ ਨਵਾਂ ਆ ਕਿ ਪੁਰਾਣਾ ਆ, ਕੋਈ ਸਮਝ ਨਹੀਂ ਲੱਗਦਾ। ਸੋ ਕਈਆਂ ਦਾ ਗਾਣਿਆਂ ਦਾ ਪਤਾ ਵੀ ਨਹੀਂ ਲੱਗਦਾ ਕਿ ਬੰਦਾ ਸੋਚਦਾ ਹੈ ਇਹ ਤਾਂ ਗਾਣਾ ਨਵਾਂ ਹੈ ਕਿ ਪੁਰਾਣਾ, ਉੱਦਾਂ ਦਾ ਹੀ ਉਹ ਲੱਗਦਾ, ਉੱਦਾਂ ਦਾ ਉਹ ਲੱਗਦਾ, ਪਰ ਥੋੜ੍ਹਾ ਜਿਹਾ ਡਿਫਰੈਂਟ ਚੀਜ਼ ਲੈ ਕੇ ਆਓ। ਐਂਡ ਮੈਂ ਕੋਸ਼ਿਸ਼ ਕਰਦਾ ਨਾ ਜਦੋਂ ਗਾਣਾ ਰਿਲੀਜ਼ ਕਰਨਾ, ਜਦੋਂ ਹੁਣ ਕੀਤਾ ਗਾਣਾ ਰਿਲੀਜ਼, ਇਹਨੂੰ 2 ਮਹੀਨਿਆਂ ਬਾਅਦ ਦੇਖਿਆ ਜਾਵੇ ਕਿ ਲੋਕਾਂ ਦੀ ਕਿੱਦਾਂ ਦਾ ਆਡੀਅੰਸ ਦਾ ਰਿਸਪੋਂਸ ਹੈ, ਇਹਨਾਂ ਨੂੰ ਇਹ ਚੰਗਾ ਲੱਗਿਆ ਵੀ ਆ ਕਿ ਨਹੀਂ ਚੰਗਾ ਲੱਗਿਆ, ਜਾਂ ਕੀ ਮੈਨੂੰ ਹੋਰ ਲਿਆਉਣਾ ਚਾਹੀਦਾ। ਗਾਣੇ ਪਹਿਲਾਂ ਹੀ ਲਿਖੇ ਪਏ, ਉਹ ਫਿਰ ਉੱਦਾਂ ਦੇ ਗਾਣੇ ਅਸੀਂ ਅੱਗਾਂ ਫਿਰ ਰਿਕਾਰਡ ਕਰਦੇ ਹਾਂ। ਵੈਰੀ ਨਾਈਸ। ਹਾਂਜੀ, ਸੋ ਜਿੰਨੇ ਵੀ ਯੰਗਸਟਰਸ ਅਤੇ ਯੂਥ ਹੈਗੇ ਦੇਖਦੇ, ਜੇ ਕੋਈ ਸੋਚਦਾ ਕਿ ਅੱਛਾ ਅਸੀਂ ਸਿੰਗਰ ਬਣਨਾ ਜਾਂ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਜਾਣਾ ਹੈਗਾ, ਕੋਈ ਵੀ ਇਹੋ ਜਿਹਾ ਮੈਸੇਜ ਉਹਨਾਂ ਵਾਸਤੇ ਜਿਹੜਾ ਤੁਸੀਂ ਦੇ ਸਕਦੇ ਹੋ, ਆਪਣੀ ਜਿਹੜਾ ਤੁਹਾਡੀ ਜਰਨੀ ਰਹੀ ਆ? ਮੈਂ ਜਿਵੇਂ ਪਹਿਲਾਂ ਦੱਸਿਆ ਕਿ ਤੁਸੀਂ ਕੋਨਸਨਟ੍ਰੇਟ ਬਹੁਤ, ਮਿਊਜ਼ਿਕ ਜਿਹੜਾ ਨਾ ਉਹ ਬਹੁਤ, ਤੁਹਾਨੂੰ ਪੇਸ਼ੈਂਸ ਬਹੁਤ ਚਾਹੀਦੀ ਹੈ, ਤੁਹਾਨੂੰ ਕੋਨਸਨਟ੍ਰੇਸ਼ਨ ਬਹੁਤ ਮੰਗਦਾ, ਤੁਹਾਨੂੰ
ਬਹੁਤ ਡੈਡੀਕੇਟ ਹੋਣਾ ਪੈਣਾ ਹੈ। ਇਹ ਇਹਨੂੰ ਇੱਦਾਂ ਨਾ ਕਰੋ ਕਿ ਮੈਂ ਬਹੁਤ ਸਾਰੇ ਆਰਟਿਸਟ ਪਹਿਲਾਂ ਵੀ ਦੇਖੇ ਜੀ, ਉਹ ਕਹਿੰਦੇ ਜੀ ਸ਼ਰਾਬਾਂ ਪੀ ਕੇ ਜਾਂ ਸੂਟੇ ਲਾ ਕੇ ਗੋਰੇ ਗਾਉਂਦੇ, ਗੋਰੇ ਜਿਹੜੇ ਨਾ ਸਟੇਜ 'ਤੇ ਜਾਣ ਤੋਂ ਪਹਿਲਾਂ, ਮਤਲਬ ਨਸ਼ੇ ਕਰਕੇ ਜਾਂ ਜੇ ਉਹਦੇ ਉਹਦੇ ਕਰਕੇ ਸਾਡੇ ਵੀ ਜਿਹੜੇ ਕਈ ਜਿੱਦਾਂ ਗਰੁੱਪ ਜਾਂ ਕੋਈ ਮੁੰਡੇ ਉਹ ਡਰਿੰਕ ਡੂੰਕ ਕਰਕੇ ਪੀ ਕੇ ਜਾਂ ਕੋਈ ਇੱਦਾਂ ਦੀਆਂ ਗੱਲਾਂ ਬਾਤਾਂ ਨਸ਼ੇ ਕਰਕੇ ਸਟੇਜ 'ਤੇ ਜਾਣੇ। ਮੈਂ ਉਹਨੂੰ ਕਿਹਾ ਜਿੱਦਾਂ ਤੂੰ ਗੋਰਿਆਂ ਨੂੰ ਇਹ ਤਾਂ ਚੀਜ਼ਾਂ ਤੁਸੀਂ ਫੋਲੋ ਕਰਦੇ ਆ ਕਿ ਮਤਲਬ ਤੁਸੀਂ ਉਹ ਸਿਗਰਟਾਂ ਪੀਂਦੇ ਆ ਜਾਂ ਉਹ ਡਰਿੰਕ ਕਰਕੇ ਸਟੇਜ 'ਤੇ ਜਾਂਦੇ ਜਾਂ ਕੁਛ ਕਰਦੇ, ਉਹਨਾਂ ਦੀ ਟਾਈਮਿੰਗ ਵੀ ਤਾਂ ਦੇਖੋ ਵੇ, ਉਹ ਕਿੰਨੇ ਪੰਕਚੁਅਲ ਨੇ ਟਾਈਮ 'ਤੇ, ਉਹ ਮਿਊਜ਼ਿਕ 'ਚ ਕਿੰਨਾ ਇੰਟਰਸਟ ਹੈ ਉਹਨਾਂ ਦਾ, ਉਹ ਉਹ ਵੀ ਚੀਜ਼ਾਂ ਲੈ ਕੇ ਆਓ। ਸੋ ਮਿਊਜ਼ਿਕ ਜਿਹੜਾ ਮੈਂ ਸਮਝਦਾ ਇੱਕ ਭਗਤੀ ਹੈ, ਇਹ ਪੂਜਾ ਹੈ ਇੱਕ ਤਰ੍ਹਾਂ ਦੀ। ਤੁਸੀਂ ਕੌਨਸਨਟਰੇਟ ਕਰਨਾ, ਇੱਦਾਂ ਨਹੀਂ ਹੈਗਾ ਵੀ ਤੇਰਾ ਇੱਕ ਗਾਣਾ ਹਿੱਟ ਹੋ ਗਿਆ ਅਤੇ ਉਦੋਂ ਬਾਅਦ ਹੁਣ ਲੱਗਦਾ ਕਿ ਬਹੁਤ ਵੱਡਾ ਤੂੰ ਸੁਪਰਸਟਾਰ ਹੋ ਗਿਆ। ਲੋਕ ਸਮਝਦੇ ਇੱਦਾਂ ਹੀ ਆ, ਪਰ ਉਹਨੂੰ ਸੁਪਰਸਟਾਰ ਹੀ ਨਹੀਂ ਸਮਝਣਾ ਚਾਹੀਦਾ। ਉਹਨੂੰ ਚਾਹੀਦਾ ਕਿ ਰੱਬ ਨੇ ਤੇਰੇ 'ਤੇ ਕੁਦਰਤ ਨੇ ਬਹੁਤ ਬਖਸ਼ਿਸ਼ ਕੀਤੀ ਆ, ਮੈਨੂੰ ਹੋਰ ਮਿਹਨਤ ਕਰਕੇ ਮੈਂ ਅਗਲਾ ਗਾਣਾ ਹੋਰ ਸੁਪਰ ਹਿੱਟ ਲੈ ਕੇ ਆਵਾਂ, ਮੈਂ ਹੋਰ ਲੈ ਕੇ ਆਵਾਂ, ਤਾਂ ਲੰਮੇ ਟਾਈਮ ਲਈ ਤੁਸੀਂ ਚੱਲ ਸਕੋਗੇ। Absolutely wonderful. Not ke pehle gaane te kaaliyan enka launiyan chahiye. I know. Main okay. Main enko ek din ek aur gal dass laga. Main kaaliyan case karke vi laayi si, likhya si gaana. Kyunki jehde saadi gaane inna na kai singer ya. Oh enka launde hi nahi. ਪਰ ਰਾਤ ਨੂੰ ਵੀ ਪਾ ਕੇ ਰੱਖਦੇ। ਯੈਸ, ਮੈਂ ਹੁਣੇ ਤੁਹਾਨੂੰ ਪੁੱਛਣ ਲੱਗੀ ਸੀ, ਮੈਂ ਕਿਹਾ ਕਾਲੀ ਐਨਕ ਤੁਸੀਂ ਜਿੱਦਾਂ ਹੁਣ ਆਪਾਂ ਕਿਸੇ ਇੰਟਰਵਿਊ ਤੇ ਵੀ ਜਾਂਦੇ ਆ, ਸ਼ੋਅ ਤੇ ਵੀ ਜਾਂਦੇ ਆ, ਕਿਤੇ ਵੀ ਜਾਂਦੇ, ਬਹੁਤ ਆਰਟਿਸਟ ਮੈਂ ਦੇਖਿਆ, ਮੈਂ ਆਪ ਇੰਟਰਵਿਊ ਕੇ ਆਰਟਿਸਟ ਕੀਤੇ ਆ, ਉਹ ਐਨਕਾ ਲਾਉਂਦੇ ਹੀ ਨਹੀਂ ਹੈ, ਬਾਹਰ ਇੰਨੀ ਰਾਤ ਹੋ ਗਈ ਉਹ ਐਨਕਾ ਹੀ ਨਹੀਂ ਲਾਉਂਦੇ। ਮੈਂ ਆੜ ਆੜ ਕੇ ਡਿੱਗਦੇ ਵੀ ਬੰਦੇ ਦੇਖੇ, ਫਿਰ ਮੈਂ ਉਹਨਾਂ ਨੂੰ ਕਹਿੰਦਾ ਯਾਰ ਇਹ ਜਿਹੜੀ ਐਨਕ ਆ ਨਾ ਕਾਲੀ, ਇਹ ਧੁੱਪ ਚ ਲਾਉਣ ਵਾਲੀ ਹੈ, ਇਹਨੂੰ ਆਈ ਸ਼ੇਡ ਛੇੜ ਕਹਿੰਦੇ ਆਪਾਂ, ਤੁਸੀਂ ਅੱਖਾਂ ਤੇ ਇਹਨੂੰ ਧੁੱਪ ਧੁੱਪ ਦੇ ਵਿੱਚ ਲਾਈ ਦਿਓ, ਉੱਦਾਂ ਨਹੀਂ ਲਾਈ ਦਿਆ। ਸੋ ਮਤਲਬ ਉੱਦਾਂ ਜੇ ਦੇਖਿਆ ਜਾਵੇ ਜਦੋਂ ਤੁਸੀਂ ਨਾ, ਹੁਣ ਮੈਂ ਜਿੱਦਾਂ ਲਾ ਕੇ ਕਾਲੀਆਂ ਮੈਂ ਇੰਟਰਵਿਊ 'ਚ ਲਾ ਕੇ ਬਹਿੰਦਾ, ਤੁਸੀਂ ਕਹਿਣਾ ਤਾਂ ਮੈਨੂੰ ਨਹੀਂ ਕੁਛ, ਬਟ ਇਹ ਐਟੀਚਿਊਡ ਆ, ਇਹ ਐਟੀਚਿਊਡ ਲੱਗਦਾ ਬੰਦੇ ਦਾ। ਪਰ ਤੁਹਾਡੇ 'ਚ ਨਿਮਰਤਾ ਹੋਣੀ ਚਾਹੀਦੀ ਹੈ, ਕਦੇ ਵੀ ਤੁਸੀਂ ਜਦੋਂ ਆਪ ਤੋਂ ਵੱਡੇ, ਹੁਣ ਮੇਰੇ ਪਤਾ ਨਹੀਂ ਬਜ਼ੁਰਗ ਬੀਬੀਆਂ ਪਤਾ ਨਹੀਂ ਕਿੰਨੇ ਲੋਕ ਦੇਖਦੇ ਆ, ਅਤੇ ਉਹਨਾਂ ਨਾਲ ਅੱਖ ਚੱਕ ਪਾ ਕੇ ਗੱਲ ਕਰੋ, ਜਿਵੇਂ ਕੈਮਰਾ ਸਾਡੀ ਅੱਖ ਆ, ਨਾ ਕਿ ਤੁਸੀਂ ਐਨਕਾਂ ਲਾ ਕੇ ਦੇਖੋ ਵੀ ਹਾਂ ਮੈਂ ਤਾਂ ਸੁਪਰ ਸਟਾਰ ਆ, ਮੈਂ ਇਹ ਹਾਂ, ਮੇਰੇ ਕੋਲ ਇੰਨਾ ਸੋਨਾ ਆ, ਮੇਰੇ ਕੋਲ ਗੱਡੀਆਂ ਆ, ਮੇਰੇ ਕੋਲ ਇੰਨੇ ਪੈਸੇ ਆ, ਅਤੇ ਅਗਲਾ ਕਹਿੰਦਾ ਯਾਰ ਸਾਨੂੰ ਇਸ ਗੱਲ ਨਾਲ ਕੀ, ਸਾਨੂੰ ਤਾਂ ਕੋਈ ਗਾਣਾ ਚੰਗਾ ਸੁਣਾ, ਤੇਰੇ ਗਾਣਾ ਤੇਰਾ ਚੱਲਦਾ ਨਹੀਂ, ਤੇ ਸੁਪਰ ਸਟਾਰ ਤੂੰ ਗੱਡੀਆਂ ਤੇਰੇ ਕੋਲ ਇੰਨਾ ਹੈ, ਉਹਨਾਂ ਲੋਕਾਂ ਨੂੰ ਉਹਦਾ ਕੀ ਪਤਾ, ਤੁਸੀਂ ਐਂਟਰਟੇਨ ਕਰਨਾ ਤੇ ਲੋਕਾਂ ਨੂੰ ਇੰਜੋਏ ਕਰੋ। ਹਾਂ ਨੋ ਆਈ 100% ਐਗਰੀ। ਤੋ ਇਸ ਕਰਕੇ ਵੀ ਮੈਂ ਕਾਲੀ ਐਨਕ ਲਿਖਿਆ ਸੀ ਕਿ ਕਾਲੀ ਐਨਕ ਨਾ ਲਾਇਆ ਕਰ, ਪਰ ਮੈਨੂੰ ਲੱਗਦਾ ਕੁੜੀਆਂ ਨੂੰ ਸੋਚਿਆ ਵੀ ਕਾਲੀ ਐਨਕ ਨਾ ਲਾਇਆ ਕਰ, ਮੈਂ ਕਿਹਾ ਨਾ ਲਾਇਆ ਕਰ ਵੀ ਲਾਉਣੀ ਨਹੀਂ ਚਾਹੀਦੀ ਤੈਨੂੰ, ਪਰ ਕੁੜੀਆਂ ਲਾਉਣ ਲੱਗ ਗਈਆਂ ਵੀ ਉਹਨਾਂ ਸੱਚਾ ਸ਼ਹਿਰ ਨਾ ਲਾਇਆ ਕਰ ਵੀ ਲਾਉਣੀ ਪੈਣੀ ਹੈ, ਦੋਨੋਂ ਪਾਸੇ ਕੰਮ ਕਰ ਜਾਂਦਾ ਗਾਣਾ, ਉਹ ਪੰਜਾਬੀ ਹੈ ਨਾ ਦੋਨੋਂ ਪਾਸੇ ਲਾਉਂਦਾ, ਹਾਂ। ਸੋ ਇਸ ਕਰਕੇ ਵੀ ਮੈਂ ਲਿਖਿਆ ਸੀ ਕਿ ਕਾਲੀ ਐਨਕ ਐਨਕ ਲਾ ਕੇ ਕਾਲੀ ਮਤਲਬ ਸਪੈਸ਼ਲ, ਜਿਹੜੀ ਅੱਖਾਂ ਵਾਲੀ ਤਾਂ ਬੰਦਾ ਲਾਉਂਦਾ ਹੀ ਆ, ਆਪ ਤੋਂ ਵੱਡੇ ਨਾਲ ਜਾਂ ਇਹ ਇੱਕ ਐਟੀਚਿਊਡ ਲੱਗਦਾ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਜਦੋਂ ਪ੍ਰਿੰਸੀਪਲ ਦੇ ਰੂਮ 'ਚ ਜਾਂਦੇ ਹੁੰਦੇ ਸੀ ਤਾਂ ਉੱਥੇ ਪਹਿਲਾਂ ਹੀ ਕਾਲਰ ਕੂਲਰ ਥੱਲੇ ਕਰਕੇ ਕਫ ਜਿਹੜੇ ਤਾਂ ਟੰਗੇ ਉਹਨਾਂ ਨੂੰ ਵੀ ਲਾ ਕੇ, ਅਤੇ ਐਨ ਪ੍ਰੋਪਰ ਤੁਹਾਨੂੰ ਇੱਕ ਡਿਸਿਪਲਿਨ 'ਚ ਕੰਮ ਗੱਲ ਕਰਨੀ ਪੈਂਦੀ ਸੀ। ਸੋ ਉਹ ਕਹਿੰਦੇ ਡਿਸਿਪਲਿਨ, ਨਾ ਕਿ ਤੁਸੀਂ ਕਾਲੀ ਐਨਕ ਲਾ ਕੇ ਤਾਂ ਪ੍ਰਿੰਸੀਪਲ ਦੇ ਸਾਹਮਣੇ ਜਾ ਹੋ ਗੱਲਾਂ ਕਰੋਗੇ। ਸੋ ਮੈਨੂੰ ਇਹ ਦੱਸੋ ਕਿ ਤੁਹਾਡੀ ਕੋਈ ਫੇਵਰੇਟ ਫਿਲਮ, ਇਹੋ ਜਿਹੀ ਮੂਵੀ ਜਿਹੜੀ ਤੁਸੀਂ ਬਹੁਤ ਵਾਰ ਦੇਖੀ ਆ, ਜਿਹੜੀ ਤੁਹਾਨੂੰ ਬਹੁਤ ਹੀ ਖਾਸ ਲੱਗੀ? ਪੰਜਾਬੀ ਫਿਲਮਾਂ 'ਚੋਂ ਤਾਂ ਮੈਨੂੰ ਲੌਂਗ ਦਾ ਲਿਸ਼ਕਾਰ ਆ, ਮੈਂ ਬਹੁਤ ਮੈਨੂੰ ਬੜੀ ਚੰਗੀ ਲੱਗਦੀ ਹੈ। ਓਕੇ, ਐਂਡ ਇੱਥੇ ਮੈਨੂੰ ਦਿਮਾਗ 'ਚੋਂ ਨਾ ਹੀ ਨਿਕਲ ਗਿਆ, ਅਮਿਤਾਬ ਬੱਚਨ ਸਾਹਿਬ ਦੀ ਸੀ ਨਾਲ ਫੈਮਿਲੀ ਇੱਕ ਫਿਲਮ, ਮੈਂ ਉਹ ਬੜੀ ਉਹ ਬਹੁਤ ਵਾਰੀ ਦੇਖੀ, ਆਪਣੇ ਨਹੀਂ ਕੁਛ ਹੋਰ ਸੀ ਜਿਹੜੀਆਂ, ਉਹੀ ਗੱਲ ਜਿਹੜੀਆਂ ਫੈਮਿਲੀ ਵਾਲੀਆਂ ਫਿਲਮਾਂ ਹੋਣ, ਜਿਹੜੀ ਪਰਿਵਾਰਕ ਫਿਲਮਾਂ, ਕਈ ਵਾਰੀ ਤੁਹਾਨੂੰ ਬਹੁਤ ਬਹੁਤ ਚੰਗੀਆਂ ਲੱਗਦੀਆਂ। ਓਕੇ, ਹਾਂਜੀ। ਐਂਡ ਫੇਵਰੇਟ ਐਕਟਰ ਜਾਂ ਐਕਟ੍ਰੈਸ? ਮੈਨੂੰ ਧਰਮਿੰਦਰ ਸਾਹਿਬ ਬਹੁਤ ਚੰਗੇ ਲੱਗਦੇ, ਸਾਡੇ ਵਰਗਾ ਬੰਦਾ ਵਿਚਾਰਾ ਦੇਸੀ ਐਕਟ੍ਰੈਸ ਮੈਨੂੰ ਮਾਧੁਰੀ ਦੀਕਸ਼ਿਤ ਬਹੁਤ, ਯਾ ਸ਼ੀ ਇਜ਼ ਮਾਈ ਫੇਵਰਿਟ ਟੂ, ਬਹੁਤ ਹੈਂਡਸ ਡਾਊਨ। ਅੱਛਾ, ਮੈਂ ਤੁਹਾਨੂੰ ਉਹਦੀ ਗੱਲ ਦੱਸਦਾ, ਹਾਂਜੀ, ਮੇਰੀ ਮਹਿੰਦੀ ਸ਼ਗਨਾਂ ਦੀ ਜਿਹੜੀ ਫਿਲਮ ਸੀ ਨਾ, ਉਹਦੀ ਅਸੀਂ ਡਬਿੰਗ ਕਰਦੇ ਸੀਗੇ ਬੰਬੇ ਜੀ, ਮੈਂ ਪ੍ਰੀਤੀ ਸਪਰੂ ਦੀ ਉਹਦੀ ਹੀਰੋਇਨ ਸੀ, ਮੈਂ ਉਹਨੂੰ ਕਿਹਾ ਪ੍ਰੀਤੀ ਸਪਰੂ ਨੂੰ ਕਿ ਮੇਰੀ ਮੈਨੂੰ ਨਾ
ਕਹਿੰਦੇ ਨੇ ਵੀ ਫਿਲਮ ਨਹੀਂ ਬਣਾ ਪੈਸੇ ਨਾ ਦੇ ਮੈਂ ਮਤਲਬ ਅੱਧੀ ਰਿਕਸ਼ੇ ਨੂੰ ਮਿਲਣਾ ਚਾਹੁੰਦਾ ਮੈਂ ਉਹਨੂੰ ਮਿਲਣਾ ਤੁਸੀਂ ਬਲੀਵ ਨਹੀਂ ਕਰਨਾ ਮੈਂ ਡਬਿੰਗ ਕਰਦਾ ਸੀਗਾ ਥੀਏਟਰ 'ਚ ਅਤੇ ਸਾਡੇ ਤੋਂ ਬਾਅਦ ਉਹਨਾਂ ਦੀ ਡਬਿੰਗ ਸੀ ਕਿਸੇ ਫਿਲਮ ਦੀ ਮੈਂ ਡਬਿੰਗ ਕਰ ਰਿਹਾ ਅਤੇ ਉਹ ਕਿਤੇ ਆਣ ਕੇ ਪਿੱਛੇ ਬੈਠ ਗਿਆ ਸਾਡੇ ਸੀਟਾਂ 'ਤੇ ਥੀਏਟਰ 'ਚ ਪਿੱਛੇ ਉਹਨਾਂ ਦੀ ਸੀਟਾਂ 'ਤੇ ਅਸੀਂ ਮੋਹਰੇ ਜਿੱਦਾਂ ਹੁੰਦਾ ਉਹ ਹੁਣ ਤਾਂ ਛੋਟੇ ਸਟੂਡੀਓ 'ਚ ਕਰ ਲੈਂਦੇ ਪਹਿਲਾਂ ਥੀਏਟਰ ਦੇ ਵਿੱਚ ਜਾ ਕੇ ਤੁਹਾਨੂੰ ਡਬਿੰਗ ਕਰਨੀ ਪੈਂਦੀ ਹੁੰਦੀ ਸੀ ਅਤੇ ਅਸੀਂ ਉੱਥੇ ਜਿੱਦਾਂ ਕਰ ਰਹੇ ਹਾਂ ਲੰਬੜਦਾਰਾ ਨਿਕਲ ਬਾਹਰ ਵੱਡਿਆ ਬਦਮਾਸ਼ਾ ਜਿੱਦਾਂ ਹੁੰਦੇ ਨੇ ਤੁਸੀਂ ਡਾਇਲੋਗ ਬੋਲ ਬਾਰੀ ਕਰਦੇ ਹਾਂ ਅਤੇ ਉਹ ਸਾਰਾ ਅਸੀਂ ਜਦੋਂ ਕਰਕੇ ਸਾਰੀ ਫਿਲਮ ਦੀ ਸ਼ੂਟਿੰਗ ਕਰਕੇ ਅਸੀਂ ਜਦੋਂ ਹਟੇ ਤਾਂ ਮੈਨੂੰ ਪ੍ਰੀਤੀ ਸਪਰੂ ਕਹਿੰਦੀ ਵੀ ਆਓ ਤੁਹਾਨੂੰ ਇੱਕ ਕਿਸੇ ਨਾਲ ਮਿਲਾਉਣਾ ਅਤੇ ਮੈਂ ਸੋਚਿਆ ਵੀ ਕੋਈ ਆਇਆ ਹੋਣਾ ਫੈਨ ਆ ਜਾਂ ਕੁਛ ਵੀ ਜਦੋਂ ਮੈਂ ਦੇਖਿਆ ਦੂਜੀ ਇੱਕ ਸੀਟ 'ਤੇ ਪਿੱਛੇ ਮਾਧੁਰੀ ਦੀਕਸ਼ਿਤ ਬੈਠੀ ਉਹ ਚੈੱਕ ਦਿਸ ਮੈਂ ਉਹਨੂੰ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਪਤਾ ਉਹਨੇ ਕਿਹਾ ਸੀ ਸੈਡ ਆਮ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੈਂ ਜਦੋਂ ਲੰਡਨ ਜਾਂਦੀ ਹਾਂ ਮੈਂ ਤੁਹਾਡੀਆਂ ਸੀਡੀਆਂ ਲੈ ਕੇ ਆਉਂਦੀ ਮੈਂ ਕਿਹਾ ਹੇ ਮਾਲਕਾ ਇਹ ਇੱਥੋਂ ਤਾਂ ਹੀ ਗੱਲ ਪਹੁੰਚ ਗਈ ਕਹਿੰਦੀ ਹੈ ਗੁੜ ਨਾਲ ਇਸ਼ਕ ਮਿੱਠਾ ਤੂਤਕ ਤੂਤਕ ਤੂਤੀਆਂ ਸਾਰੇ ਹੀ ਗਾਣੇ ਤੁਹਾਡੇ ਮੈਨੂੰ ਮੇਰੇ ਕੋਲ ਹੈਗੇ ਆ ਮੈਂ ਤੁਹਾਡੇ ਬਹੁਤ ਗਾਣੇ ਸੁਣਦੀ ਹਾਂ ਜਦੋਂ ਨੈਕਸਟ ਟਾਈਮ ਆਏ ਮੇਰੇ ਲਈ ਕਿੰਨੀ ਨਵੀਂ ਨਹੀਂ ਕੋਈ ਐਲਬਮ ਆਈ ਮੈਂ ਕਿਹਾ ਹੁਣ ਅਸੀਂ ਕੱਢਣੀ ਆ ਹਲੇ ਪਰ ਨਵੀਂ ਨਹੀਂ ਆਈ ਕਹਿੰਦੀ ਜਦੋਂ ਨੈਕਸਟ ਟਾਈਮ ਆਈ ਮੇਲੀ ਜ਼ਰੂਰ ਲੈ ਕੇ ਆਇਓ ਮੇਰੀ ਚੰਡੀਗੜ੍ਹ ਦੇ ਵਿੱਚ ਅਸੀਂ ਨਵਾਂ ਗਾਣਾ ਕੱਢਣਾ ਸੀ ਫੋਰ ਐਵਰ ਗੋਲਡ ਇੱਕ ਸਾਡੀ ਐਲਬਮ ਆਈ ਸੀ ਉਹ ਐਲਬਮ ਦੀ ਲਾਂਚ ਪਾਰਟੀ ਸੀਗੀ ਉੱਥੇ ਚੰਡੀਗੜ੍ਹ ਅਤੇ ਉਦੋਂ ਇਹ ਚੰਡੀਗੜ੍ਹ 'ਚ ਹੀ ਸ਼ੂਟਿੰਗ ਕਰਦੇ ਸੀਗੇ ਮਾਧੁਰੀ ਦੀਕਸ਼ਿਤ ਮੈਂ ਉਹਨਾਂ ਨੂੰ ਇੱਕ ਸੀ ਡੀ ਨਵੀਂ ਸ਼ੂਟਿੰਗ 'ਤੇ ਦੇਣ ਗਿਆ ਕਿ ਤੁਸੀਂ ਕਿਹਾ ਸੀ ਉਦੋਂ ਮੈਨੂੰ ਸੀ ਡੀ ਲਿਆਓ ਆ ਲਓ ਸੀ ਡੀ ਐਂਡ ਤੁਸੀਂ ਕਿਹਦਾ ਨਾਂ ਆ ਅਤੇ ਕਹਿੰਦੇ ਹਲੇ ਮੈਂ ਕਿਹਾ ਇਹ ਰਿਲੀਜ਼ ਨਹੀਂ ਕੀਤੀ ਕੱਲ੍ਹ ਨੂੰ ਅਸੀਂ ਰਿਲੀਜ਼ ਕਰਨੀ ਆ ਲਾਂਚ ਪਾਰਟੀ ਕੱਲ੍ਹ ਨੂੰ ਆ ਅਸੀਂ ਇੱਧਰ ਮੈਨੂੰ ਨਹੀਂ ਇਨਵਾਈਟ ਕੀਤਾ ਮੈਂ ਸੋਚਿਆ ਮੈਂ ਕਿਹਾ ਇਨਵਾਈਟ ਕੀ ਮੈਂ ਤੁਸੀਂ ਕਿਹੜਾ ਆਉਣਾ ਤੁਸੀਂ ਤਾਂ ਬਿਜ਼ੀ ਬਹੁਤ ਕਹਿੰਦੇ ਕਿਉਂ ਨਹੀਂ ਆਉਂਗੀ ਤੁਸੀਂ ਬਿਲੀਵ ਕਰੋਗੇ ਅਸੀਂ ਸੱਤ ਅਸੀਂ ਕਹਿੰਦੇ ਕਿੰਨੇ ਵਜੇ ਕਹਿੰਦੇ ਕਿ 7 ਵਜੇ ਪਾਰਟੀ ਆ ਉਹ 7 o'clock ਸ਼ੀ ਵੱਜਦੇ ਆ ਘੰਟਾ ਚਾਹ ਪਾਣੀ ਪੀ ਕੇ ਉਹਨਾਂ ਨੇ ਮਤਲਬ ਲਾਂਚ ਪਾਰਟੀ ਸਾਡੀ ਉਹ ਜਿਹੜੀ ਫੋਰਐਵਰ ਗੋਲਡ ਸੀ ਉਹਨੇ ਲਾਂਚ ਕੀਤੀ ਸੀ ਮਾਧੁਰੀ ਦੀਕਸ਼ਿਤ ਨੇ ਓ ਵੈਰੀ ਨਾਈਸ ਵੈਰੀ ਐਕਸਾਈਟਿੰਗ ਕੋਈ ਇਹੋ ਜਿਹਾ ਪਲ ਤੁਹਾਡੀ ਲਾਈਫ ਦੇ ਵਿੱਚ ਜਿਹੜਾ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਲਾਈਕ ਤੁਹਾਡਾ 골ਡਨ ਮੂਮੈਂਟ ਆ ਜਿਹੜਾ ਤੁਸੀਂ ਸਭ ਤੋਂ ਉੱਪਰ ਮੰਨਦੇ ਆ ਹਾਂਜੀ ਐਕਸਪੀਰੀਅੰਸ ਇਹੋ ਜਿਹਾ ਕੋਈ ਵੀ ਮੈਂ ਚਲੋ ਕਹਿੰਦੇ ਹੁੰਦੇ ਵੀ ਤੁਹਾਡੇ ਨਾਲ ਬਹੁਤ ਚੀਜ਼ਾਂ ਸਟੇਜਾਂ 'ਤੇ ਹੁੰਦੀਆਂ ਰਹਿੰਦੀਆਂ ਮੈਂ ਆਪਣੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦਾ ਮੈਨੂੰ ਲੋਕ ਮਤਲਬ ਨਾ ਕਹਿੰਦੇ ਨੇ ਵੀ ਜਿਹੜੀਆਂ ਸਾਡੀਆਂ ਬੀਬੀਆਂ ਬਜ਼ੁਰਗ ਕਈ ਵਾਰੀ ਜਹਾਜ਼ 'ਚ ਬੈਠਿਆਂ ਨੂੰ ਵੀ ਪੈਸੇ ਦਿੰਦੇ ਆ ਮਤਲਬ ਆਣ ਕੇ ਤੁਹਾਨੂੰ ਪਿੱਛੋਂ ਆਉਣਗੀਆਂ ਵੇ ਪੁੱਤ ਤੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਮੈਨੂੰ ਬਹੁਤ ਚੰਗਾ ਲੱਗਦਾ ਅਤੇ ਬੰਦਾ ਸਿੰਦਾ ਬਹੁਤ ਧੰਨਵਾਦ ਬੀਬੀ ਨੇ ਆਹ ਮੇਰੇ ਲਸੌਰ ਵਾਲੇ ਤੈਨੂੰ ਪਿਆਰ ਮੈਂ ਕਹੂੰ ਯਾਰ ਬੀਬੀ ਮੈਨੂੰ ਤੈਨੂੰ ਉੱਦਾਂ ਕਹਿ ਦਿੱਤਾ ਠੀਕ ਆ ਮਤਲਬ ਮੈਂ ਕਈ ਵਾਰੀ ਇਹ ਕੁਛ ਦੇਖਦਾ ਹੁੰਦਾ ਕਿ ਕਿੱਡੀ ਵੱਡੀ ਤੁਹਾਡੇ 'ਤੇ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਲੋਕ ਤੁਹਾਨੂੰ ਤੁਰੇ ਜਾਂਦਿਆਂ ਨੂੰ ਮਤਲਬ ਵੀ ਮਤਲਬ ਪੈਸੇ ਨਾਲ ਵੀ ਨਿਵਾਜ ਰਿਹਾ ਫਿਰ ਉਦੋਂ ਬਾਅਦ ਜਦੋਂ ਮੇਰੇ ਲਈ 골ਡਨ ਮੂਮੈਂਟ ਉਹ ਬਹੁਤ ਵਧੀਆ ਸੀ ਜਦੋਂ ਮੈਨੂੰ ਬਕਿੰਗਮ ਪੈਲਸ ਤੋਂ ਚਿੱਠੀ ਆਈ ਕੁਵੀਨ ਵੱਲੋਂ ਕਿ ਤੁਹਾਨੂੰ ਮਤਲਬ ਅਵਾਰਡ ਮਿਲਣਾ ਔਰ ਅਸੀਂ ਕਦੇ ਗੁਰਪ੍ਰੀਤ ਅਸੀਂ ਸੋਚਿਆ ਵੀ ਨਹੀਂ ਸੀਗਾ ਕਦੇ ਇੰਡੀਆ ਬੈਠਿਆਂ ਵੀ ਅਸੀਂ ਇੰਗਲੈਂਡ ਵੀ ਆਵਾਂਗੇ ਹੈ ਨਾ ਕਰਕੇ ਸਾਡਾ ਕੋਈ ਵੀ ਮੇਰੀ ਕੋਈ ਫੈਮਿਲੀ ਵਿੱਚੋਂ ਬਾਹਰ ਨਹੀਂ ਸੀਗਾ ਇੱਕ ਵੀ ਬੰਦਾ ਕੋਈ ਬਾਹਰ ਨਹੀਂ ਸੀਗਾ ਸੋ ਕਦੇ ਸੋਚਿਆ ਨਹੀਂ ਸੀ ਕਦੇ ਬਾਹਰ ਆਵਾਂਗੇ ਪਰ ਬਾਹਰ ਆਣ ਕੇ ਉਸ ਰਾਣੀ ਤੋਂ ਜਿਹੜੀ ਦੁਨੀਆ ਦੀ ਇੱਕੋ ਇੱਕ ਹੀ ਕੁਈਨ ਆ ਜਿਹਨੂੰ ਪਾਸਪੋਰਟ ਨਹੀਂ ਸੀ ਚਾਹੀਦਾ ਇੱਕੋ ਹੀ ਸੀਗੇ ਲੇਡੀ ਦੇਖ ਲਓ ਉਹਨੂੰ ਪਾਸਪੋਰਟ ਨਹੀਂ ਸੀ ਚਾਹੀਦਾ ਅਤੇ ਉਹ ਮਤਲਬ ਸਾਰੀ ਦੁਨੀਆ 'ਤੇ ਰਾਜ ਕਰਨ ਵਾਲੇ ਉਹਨਾਂ ਤੋਂ ਤੁਸੀਂ ਅਵਾਰਡ ਲਓਗੇ ਇਹ ਮੇਰੇ ਲਈ ਇੱਕ ਬਹੁਤ ਹੀ ਵੱਡੀ ਗੋਲਡਨ ਕਹਿੰਦੇ ਹੁੰਦੇ ਵੀ ਮੇਰੇ ਇੱਕ ਕਹਿੰਦੇ ਡ੍ਰੀਮ ਕਮ ਟਰੂ ਜੀ ਹਾਂ ਤੁਹਾਨੂੰ ਉਸ ਟਾਈਮ ਤੇ ਮਹਿਸੂਸ ਕਿੱਦਾਂ ਹੋਇਆ ਉਹਨੂੰ ਮਿਲ ਕੇ ਕਿੱਦਾਂ ਲੱਗ ਕਿੱਦਾਂ ਦੀ ਸੀਗੀ ਮੈਨੂੰ ਸਮਝ ਨਹੀਂ ਲੱਗਦਾ ਮੈਂ ਸੁਪਨਾ ਦੇਖ ਰਿਹਾ ਕੋਈ ਓ ਵਾਓ ਬਿਕੋਜ਼ ਤੁਸੀਂ ਅੰਦਰ
ਹਰ ਬੰਦਾ ਜਾਂਦਾ ਉੱਥੇ ਬਕਿੰਗਮ ਪੈਲਸ ਦੇ ਬਾਹਰ ਫੋਟੋਆਂ ਖਿੱਚ ਕੇ ਆ ਜਾਂਦਾ, ਘੋੜਿਆਂ ਨਾਲ ਖਿੱਚ ਲਈ ਇੱਧਰ ਹੋਇਆ ਹੈ ਨਾ, ਬਟ ਅੰਦਰ ਜਾਣਾ, ਜਦੋਂ ਮੇਰੇ ਲਈ ਉਹ ਗੱਡੀ ਉਹਦਾ ਬਕਿੰਗਮ ਪੈਲਸ ਦਾ ਗੇਟ ਖੋਲਿਆ, ਗੱਡੀ ਅੰਦਰ ਜਾ ਰਹੀ ਸੀ, ਨਾਲ ਮੇਰੀ ਫੈਮਿਲੀ, ਜਦੋਂ ਅਸੀਂ ਅੰਦਰ ਗਏ ਉੱਥੇ ਜਦੋਂ ਜਦੋਂ ਦੇਖਿਆ, ਓ ਹੋ 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 ਵਾਟ ਅ ਮੂਮੈਂਟ। ਹਾਂਜੀ, ਅਤੇ ਅੱਛਾ ਫਿਰ ਉੱਥੇ ਇੱਕ ਮੂਮੈਂਟ ਹੋਰ ਹੋਈ ਕਿ ਉਹ ਕੁਈਨ ਜਦੋਂ ਕਿਸੇ ਨੂੰ ਵੀ ਅਵਾਰਡ ਦਿੰਦੀ ਹੈ ਨਾ, ਉਹ ਅਵਾਰਡ ਦੇਣ ਲੱਗਿਆ ਉਹ ਕਿਸੇ ਨਾਲ ਬੋਲਦੇ ਨਹੀਂ ਹੈ, ਉਹ ਉੱਤੋਂ ਅਨਾਊਂਸਮੈਂਟ ਹੁੰਦੀ ਹੈ ਐਂਡ ਦੱਸ ਉਹ ਉਹਨੇ ਆਪਣਾ ਅਵਾਰਡ ਦਿੱਤਾ, ਤੁਸੀਂ ਪਿੱਛੇ ਗਏ ਤਾਂ ਠੀਕ ਹੈ। ਮੈਂ ਪੰਜਾਬੀ ਡਰੈਸ ਪਾ ਕੇ ਗਿਆ ਸੀਗਾ, ਤੁਸੀਂ ਦੇਖਿਓ ਮੇਰੀ ਫੋਟੋ, ਹਾਂ ਮੈਂ ਇੰਡੀਅਨ ਡਰੈਸ ਪਾ ਕੇ ਗਿਆ ਸੀ, ਔਰ ਸੀ ਸਪੈਸ਼ਲੀ ਮੈਨੂੰ ਉਹਨਾਂ ਨੇ ਪੁੱਛਿਆ ਕਿ ਵੀ ਤੂੰ ਇਹ ਸਟੇਜ 'ਤੇ ਵੀ ਪਾਉਣਾ ਆ ਜਾਂ ਅੱਜ ਦੀ ਮੂਮੈਂਟ ਲਈ ਬਣਾਇਆ, ਐਂਡ ਸ਼ੀ ਸੈਡ ਦ ਫਸਟ ਥਿੰਗ ਯੂ ਲੁੱਕ ਲਾਈਕ ਮਹਾਰਾਜਾ। ਓ ਵਾਓ, ਸਿੰਘ ਸਾਹਿਬ ਤਾਂ ਹੋਰ ਚੌੜੇ ਹੋ ਗਏ। ਓ ਵਾਓ, ਵਾਟ ਅ ਮੂਮੈਂਟ। ਕਹਿੰਦੀ ਯੂ ਲੁੱਕ ਲਾਈਕ ਮਹਾਰਾਜਾ, ਜਿਹੜੀ ਡਰੈਸ ਆ, ਆਈ ਲਾਈਕ ਯੋਰ ਡਰੈਸ, ਇਸ ਵੀ ਤੁਸੀਂ ਇਹ ਸਟੇਜ 'ਤੇ ਵੀ ਪਾਉਂਦੇ ਆ ਜਾਂ ਅੱਜ ਲਈ ਬਣਾਈ ਆ? ਮੈਂ ਕਿਹਾ ਮੈਂ ਸਟੇਜ 'ਤੇ ਵੀ ਪਾਉਂਦਾ ਪਰ ਅੱਜ ਲਈ ਵੀ ਮੈਂ ਬਣਵਾ ਕੇ ਲਿਆ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਉਹ ਤੁਹਾਨੂੰ ਲਾਈਫ ਦੇ ਵਿੱਚ, ਔਰ ਮੈਨੂੰ ਐਮ ਬੀ ਏ ਦਾ ਅਵਾਰਡ ਦਿੱਤਾ ਉਹਨਾਂ ਨੇ, ਔਰ ਤੁਸੀਂ ਦੇਖ ਲਓ ਆਮ ਦਾ ਫਸਟ ਇੱਕੋ ਹੀ ਪੰਜਾਬ ਆਮ ਦਾ ਓਨਲੀ ਆਰਟਿਸਟ, ਪੰਜਾਬੀ ਆਰਟਿਸਟ, ਇੰਡੀਅਨ ਆਰਟਿਸਟ ਜਿਹਦੇ ਕੋਲ ਐਮ ਬੀ ਏ ਆ, ਅਤੇ ਗਾਂਹ ਤਾਂ ਹੁਣ ਵਿਚਾਰੀ ਉੱਦਾਂ ਚਲ ਗਈ ਆ, ਹੁਣ ਤਾਂ ਗਾਂਹ ਨੂੰ ਵੈਸੇ ਨਹੀਂ ਕਿਸੇ ਨੂੰ ਮਿਲਣਾ। ਸੋ ਉਹ ਮੇਰੇ ਲਈ ਇੱਕ ਬਹੁਤ ਵੱਡੀ ਮੂਮੈਂਟ ਸੀ। ਜਿੱਦਾਂ ਜਿੱਦਾਂ ਤੁਸੀਂ ਆਪਣਾ ਐਕਸਪੀਰੀਅੰਸ ਮੈਨੂੰ ਦੱਸਦੇ ਨਾ, ਆਮ ਗੈਟਿੰਗ ਗੂਸ ਪੰਪਸ, ਲਾਈਕ ਮਹਿਸੂਸ ਹੋ ਰਿਹਾ ਕਿ ਤੁਸੀਂ, ਬਿਲਕੁਲ, ਕਿਉਂਕਿ ਅਸੀਂ ਉੱਥੋਂ ਚੱਲੇ ਹਾਂ। ਮਤਲਬ ਕਹਿੰਦੇ ਨੇ ਮੈਨੂੰ ਉਹ ਕਈ ਰਿਪੋਰਟਰਾਂ ਨੇ, ਕਈਆਂ ਨੇ ਮਤਲਬ ਕਹਿੰਦੇ ਨੇ ਉਹ ਹੈਡਲਾਈਨ ਲਾਈ ਉਹਨਾਂ ਨੇ ਕਿ ਫਰੋਮ ਵਿਲੇਜ ਟੂ ਬਕਿੰਗਮ ਪੈਲਸ, ਇੱਕ ਪਿੰਡਾਂ 'ਚ ਅਸੀਂ, ਮਤਲਬ ਸਾਡੇ ਉਦੋਂ ਡਿਸਕਾਂ ਵੀ ਨਹੀਂ ਸੀ ਹੁੰਦੀਆਂ ਜਿੱਥੇ ਬੈਠ ਕੇ ਪੜ੍ਹਨ ਨੂੰ, ਬੋਰੀ ਘਰੋਂ ਲੈ ਕੇ ਜਾਂਦੇ ਹੁੰਦੇ ਸੀ, ਉਹਨਾਂ ਸਕੂਲਾਂ 'ਚ ਬੈਠ ਕੇ ਪੜ੍ਹ ਕੇ ਫਿਰ ਇੰਗਲੈਂਡ 'ਚ ਆਉਣਾ, ਫਿਰ ਉੱਥੋਂ ਆਣ ਕੇ ਸਾਰੀ ਦੁਨੀਆ 'ਚ ਮਸ਼ਹੂਰ ਹੋਣਾ, ਫਿਰ ਕੁਈਨ ਤੋਂ ਐਡਾ ਵੱਡਾ ਅਵਾਰਡ ਲੈਣਾ। ਤੁਸੀਂ ਨਰਵਸ ਸੀਗੇ? ਟੂ ਮੱਚ। ਮੈਂ ਤਾਂ ਮੇਰਾ ਮੁੰਡਾ ਉਦੋਂ ਸੀਗਾ 7 ਸਾਲ ਦਾ ਬੋਈ, ਐਂਡ ਉਹ ਜਦੋਂ ਗਿਆ ਉਹਨੂੰ ਬੀ ਬੀ ਸੀ ਨੇ ਉਹਨੂੰ ਪੁੱਛਿਆ ਵੀ ਮਤਲਬ ਤੂੰ ਕੀ ਮਹਿਸੂਸ ਕਰਦਾ ਨਾ, ਉਹ ਕਹਿੰਦਾ ਕਿ ਮੈਂ ਆਵਾਜ਼ ਸਕੇਂਡ ਕੇ ਮੇਰੇ ਡੈਡੀ ਨੇ ਇੰਗਲਿਸ਼ ਬੋਲਣ ਲੱਗਿਆ ਉਸ ਗੱਲ ਦੀ, ਮੇਰਾ ਡੈਡੀ, ਕਿਉਂਕਿ ਹੁਣ ਸਾਡੀ ਇੰਗਲਿਸ਼ ਵੀ ਉੱਦਾਂ ਦੀ ਆ ਨਾ, ਕਿ ਸਾਡਾ ਕਿ ਮੇਰਾ ਡੈਡੀ ਇੰਗਲਿਸ਼ ਬੋਲਣ ਲੱਗਾ ਕੁਛ ਗਲਤੀ ਨਾ ਕਰ ਦੇਵੇ, ਮਤਲਬ ਸਾਰਾ ਟੱਬਰ ਹੀ ਜਿੱਦਾਂ ਇੱਕ ਪੈਨ ਕਿ ਤਾਂ ਹੁੰਦਾ ਹੀ ਆ ਨਾ, ਤੁਸੀਂ ਐਡੀ ਵੱਡੀ ਗੱਲ, ਆਵਾਜ਼ ਓਨਲੀ ਇੰਡੀਅਨ ਉੱਥੇ ਜੇ ਸਿਰਫ, ਹਾਂਜੀ। ਸੋ ਇਦਾਂ ਦੀ ਜਿਹੜੀ ਮੂਮੈਂਟ ਮੇਰੇ ਲਈ ਬਹੁਤ ਵਧੀਆ ਰਿਹਾ। ਪਰ ਇਹ ਇਹ ਮੂਮੈਂਟ ਤੁਸੀਂ ਐਕਸਪੀਰੀਅੰਸ ਕੀਤਾ, ਪਰ ਸਾਡੇ ਵਾਸਤੇ, ਪੰਜਾਬੀਆਂ ਵਾਸਤੇ ਵੀ ਬਹੁਤ ਵੱਡਾ ਮੂਮੈਂਟ ਆ ਦੈਟ ਯੂ ਵੈਂਟ ਥੇਅਰ। ਬਿਲਕੁਲ ਜੀ, ਔਰ ਤੁਹਾਡੇ ਲਈ ਵੱਡਾ ਮੂਮੈਂਟ ਆ, ਮੇਰੇ ਲਈ ਬਹੁਤ ਵੱਡਾ ਮੂਮੈਂਟ ਆ, ਪਰ ਮੈਂ ਥੇਅਰਾਂ ਤੁਹਾਨੂੰ ਹੀ ਦਿੰਦਾ, ਬਿਕੋਜ਼ ਤੁਸੀਂ ਮੇਰੇ ਮਿਊਜ਼ਿਕ ਨੂੰ ਪਿਆਰ ਦਿੱਤਾ, ਔਰ ਉੱਥੋਂ ਤੱਕ ਤਾਂ ਪਹੁੰਚਣਾ ਇੰਡੀਆ 'ਚ ਤਾਂ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਨੂੰ ਮਤਲਬ ਕੋਈ ਫਰਮਾਇਸ਼ ਨਾ ਲੈ ਲਿਆ ਨਾ ਜੀ, ਹਾਂ ਕਿਸੇ ਨੂੰ ਕਹਿ ਕੇ ਅਵਾਰਡ ਲੈ ਲਿਆ, ਉਹ ਤਾਂ ਹੁੰਦਾ ਆ, ਹਾਂ ਇੰਡੀਆ ਦਾ ਹੁੰਦਾ ਤੇ ਬੰਦਾ ਸੋਚਦਾ ਵੀ ਫਲਾਨੇ ਨੇ ਕਹਿ ਕੇ ਉਹਨੂੰ ਦਵਾਤਾ, ਇੱਥੇ ਤਾਂ ਪਹੁੰਚ ਹੀ ਨਹੀਂ ਸਕਦਾ ਐਗਜ਼ੈਕਟਲੀ। ਸੋ ਐਡਾ ਵੱਡਾ ਅਵਾਰਡ ਲੈਣਾ ਇਹ ਕੁਦਰਤ ਦੀ ਆ, ਮਿਹਰਬਾਨ ਮਿਹਰਬਾਨ ਸਾਹਿਬ ਮੇਰਾ, ਵੈਰੀ ਨਾਈਸ, ਥਿਸ ਇਜ਼ ਅ ਪ੍ਰਾਊਡ ਮੂਮੈਂਟ ਫॉर ਅਸ ਆਲ। ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਕਿ ਤੁਸੀਂ ਕੋਈ ਵੀ ਇਹੋ ਜਿਹਾ ਆਰਟਿਸਟ ਤੁਹਾਡੀ ਨਿਗਾਹ ਦੇ ਵਿੱਚ ਹੈਗਾ ਜਾਂ ਜਿਹਨਾਂ ਨੂੰ ਤੁਸੀਂ ਬਹੁਤ ਹੀ ਪਸੰਦ ਕਰਦੇ, ਜਿਹਨਾਂ ਦੇ ਨਾਲ ਤੁਸੀਂ ਕੋਈ ਕੋਲੈਬੋਰੇਟ ਕਰਨਾ ਚਾਹੁੰਦੇ ਆ? ਮੈਂ ਕੋਲੈਬੋਰੇਟ ਕਰਨਾ ਚਾਹੁੰਦਾ ਸੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਜੀ, ਉਹਨਾਂ ਨੇ ਮੈਨੂੰ ਖੁਦ ਕਿਹਾ ਸੀ ਓ ਵਾਓ ਕਿ ਤੁਸੀਂ ਪਾਕਿਸਤਾਨ ਕਿਤੇ ਆਓ ਆਪਾਂ ਉੱਥੇ ਇਕੱਠੇ ਗਾਣਾ ਕਰਦੇ ਹਾਂ, ਪਰ ਉਦੋਂ ਬਾਅਦ ਥੋੜ੍ਹੇ ਢਿੱਲੇ ਹੋ ਗਏ, ਫਿਰ ਜ਼ਿਆਦਾ ਢਿੱਲੇ ਹੋ ਗਏ, ਪਰ ਕੁਛ ਘੱਟ ਮੈਂ ਇਹ 'ਚ ਨਾ ਕਿਸੇ ਵੱਡੇ ਇੰਗਲਿਸ਼ ਆਰਟਿਸਟ ਨਾਲ ਵੀ ਕਰਨਾ ਚਾਹੁੰਦਾ, ਬਿਕੋਜ਼ ਦੇਖੋ ਮੇਰੀ ਸੋਚ ਸੀਗੀ ਸ਼ੁਰੂ ਤੋਂ ਹੀ ਜਦੋਂ ਦੇਖੋ ਅਸੀਂ ਇੰਗਲੈਂਡ ਆਏ ਹਾਂ ਕਿ ਸਾਡਾ ਜਿਹੜਾ ਮਿਊਜ਼ਿਕ ਆ ਨਾ ਉਹ ਗੋਰਿਆਂ ਦੇ ਸਟੈਂਡਰਡ ਦਾ ਕਿਉਂ ਨਹੀਂ ਹੈ ਸਾਡਾ ਮਿਊਜ਼ਿਕ, ਕਿਉਂਕਿ ਜ਼ਰੂਰੀ ਨਹੀਂ ਹੈਗਾ ਤੁਸੀਂ ਲੈਂਗੁਏਜ ਦੀ ਪ੍ਰੋਬਲਮ ਹੈ, ਕੋਈ ਲੈਂਗੁਏਜ ਦੀ ਨਹੀਂ ਹੈ, ਬਹੁਤ ਸਾਰੇ ਤੁਸੀਂ ਗੀਤ ਚਾਰਟ 'ਚ ਵੀ ਦੇਖੇ ਹੋਣਗੇ ਇੰਗਲਿਸ਼, ਆਪਾਂ ਜਦੋਂ ਸੁਣਦੇ ਹਾਂ ਇੰਗਲਿਸ਼ ਗੋਰਿਆਂ ਦੇ ਰੈਕੋਰਡ ਦੇ ਵਿੱਚ ਮਤਲਬ ਚੈਨਲਾਂ 'ਤੇ ਵੀ ਕਿ ਜਿਹੜੇ ਇੰਗਲਿਸ਼ ਗਾਣੇ ਨਹੀਂ ਹੈ, ਜਿਹੜੇ ਸਪੈਨਿਸ਼ ਸੌਂਗ ਨੇ, ਜਿਹੜੇ ਦੂਸਰੇ ਆ, ਉਹ ਰੱਖਾ ਨਹੀਂ ਨਾ, ਉਹ ਕੀ ਆ, ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕੀ ਹੈ ਨਾ, ਔਰ ਉਹ ਨੰਬਰ 1 ਹੋਇਆ ਸੀ ਵਰਲਡ 'ਚ ਗਾਣਾ। ਮੈਂ ਚਾਹੁੰਦਾ ਕਿ ਕਈ ਵਾਰੀ ਜਿੱਦਾਂ ਬੰਦੇ ਕਹਿੰਦੇ ਤੂਤਕ ਤੂਤਕ ਤੂਤੀ, ਇਹਦਾ ਮਤਲਬ ਕੀ, ਇਹਦਾ ਕੱਖ ਨਹੀਂ ਫਲਾਣਾ ਨਾ, ਪਰ ਇੱਦਾਂ ਦਾ ਗਾਣਾ ਜਿਹੜਾ ਉਹ ਇੰਗਲਿਸ਼ ਮਾਰਕੀਟ ਵਿੱਚ ਵੀ ਚੱਲ ਸਕਦਾ। ਮੈਂ ਚਾਹੁੰਦਾ ਕਿਸੇ ਵੱਡੇ
ਇੰਗਲਿਸ਼ ਜਾਂ ਮਤਲਬ ਜਦੋਂ ਕਹਿੰਦੇ ਨੇ ਵੀ ਇੰਗਲਿਸ਼ ਕੋਈ ਵੀ ਆਰਟਿਸਟ ਦੇ ਨਾਲ ਕੋਈ ਮੈਂ ਕਰਾਂ ਕੋਲੈਬੋਰੇਸ਼ਨ ਤਾਂ ਕਿ ਸਾਡਾ ਜਿਹੜਾ ਪੰਜਾਬੀ 뮤직 ਆ ਉਹ ਉਹਦਾ ਸਟੈਂਡਰਡ ਹੋਰ ਉੱਚਾ ਜਾਵੇ ਵੈਰੀ ਨਾਈਸ ਯਾ ਹੋਰ ਯਾ ਨੋ ਆਈ ਕੰਪਲੀਟਲੀ ਗੈਟ ਇਟ ਜਿੱਦਾਂ ਤੁਸੀਂ ਉਹ ਯਾਦ ਹੈ ਇੱਕ ਗਾਣਾ ਆਇਆ ਸੀਗਾ ਹੋਪਾ ਗਨਮੈਨਸ ਦਾ ਉਹ ਕਿੰਨਾ ਚੜਿਆ ਗਾਣਾ ਦੇਖ ਲਓ ਆ ਉਹ ਬੰਦਾ ਹੀ ਨਹੀਂ ਮੁੜ ਕੇ ਨਜ਼ਰ ਆਇਆ ਉਪਰ ਦੇਖੋ ਤੁਸੀਂ ਕੱਲਾ ਕੱਲਾ ਨਿਆਣਾ ਨਿਆਣਾ ਗਾ ਰਿਹਾ ਐਗਜ਼ੈਕਟਲੀ ਹਾਂ ਕਿੰਨਾ ਵਧੀਆ ਕੀਤਾ ਉਹ ਗਾਣੇ ਨੇ ਉਹ ਅਸੀਂ ਪੰਜਾਬੀ ਚ ਕਿਉਂ ਨਹੀਂ ਕਰ ਸਕਦੇ ਅਸੀਂ ਕੋਸ਼ਿਸ਼ ਬਹੁਤ ਕਰਦੇ ਆ ਲੋਕਾਂ ਨੇ ਜਿੱਦਾਂ ਹੁਣ ਇੰਡੀਆ 'ਚ ਬਹੁਤ ਸਾਰੇ ਗਾਣੇ ਆਉਂਦੇ ਆ ਹੁਣ ਤਾਂ ਲੋਕਾਂ ਨੇ ਜ਼ਿਆਦਾ ਮਾਡਰਨ ਕਰ ਦਿੱਤਾ ਮਾਡਰਨ ਇਨ ਦਾ ਸੈਂਸ ਮਾਡਰਨ ਨਹੀਂ ਹੈ ਉਹ ਅਸੀਂ ਢੋਲਕੀ ਤਪਲਾ ਨਹੀਂ ਵਜਾਉਣਾ ਇਹਦਾ ਮਤਲਬ ਡਰਾਮਾ 'ਤੇ ਗਾਤਾ ਤਾਂ ਮਾਡਰਨ ਨਹੀਂ ਹੈ ਉੱਦਾਂ ਦਾ ਗਾਣਾ ਵੀ ਤਾਂ ਹੋਣਾ ਚਾਹੀਦਾ ਉੱਦਾਂ ਦਾ ਗਾਣਾ ਵੀ ਹੋਵੇ ਅਸੀਂ ਉੱਦਾਂ ਦੇ ਤਜ਼ਰਬੇ ਕਰਦੇ ਰਹਿੰਦੇ ਹਾਂ ਔਰ ਆਉਣ ਵਾਲੇ ਸਮੇਂ 'ਚ ਵੀ ਮੈਂ ਤਜ਼ਰਬਾ ਕਰਦਾ ਰਹੂੰਗਾ ਇੱਕ ਦੋ ਪਹਿਲੇ ਸੀਕਰੇਟ ਰੱਖਣਾ ਇੱਕ ਦੋ ਆਰਟਿਸਟਾਂ ਨਾਲ ਅਸੀਂ ਹੁਣ ਵੀਡੀਓ ਬਣਾ ਵੀ ਲਈ ਆ ਉਹ ਵੀ ਗਾਣਾ ਕਰਾਂਗੇ ਕਰਨਾ ਆ ਇਹ ਸੋ ਤੁਹਾਨੂੰ ਸਰਪ੍ਰਾਈਜ਼ ਦਊਂਗੇ ਵੈਰੀ ਨਾਈਸ ਮੇਰੀ ਕੋਸ਼ਿਸ਼ ਆ ਤੁਸੀਂ ਮੇਰਾ ਸਾਥ ਦਿਓ ਮੈਂ ਹੁਣ ਜਿੱਦਾਂ ਕੈਮਰੇ 'ਤੇ ਤੁਹਾਨੂੰ ਸਿੱਧੀ ਡਾਇਰੈਕਟ ਗੱਲ ਕਰਦਾ ਤੁਸੀਂ ਮੇਰਾ ਸਾਥ ਦਿਓ ਮੈਂ ਚਾਹੁੰਦਾ ਕਿ ਜਿਹੜਾ ਸਾਡਾ ਜਿਹੜਾ 뮤직 ਆ ਉਹ ਇੰਗਲਿਸ਼ 뮤직 ਦੇ ਸਟੈਂਡਰਡ ਦੇ ਲੈਵਲ 'ਤੇ ਜਾਵੇ ਸਾਡੇ 'ਚ ਉਹ ਗੱਲਬਾਤ ਹੈਗੀ ਆ ਅਸੀਂ ਗੋਰਿਆਂ ਨਾਲੋਂ ਵਧੀਆ ਲਿਖ ਸਕਦੇ ਹਾਂ ਅਸੀਂ ਗੋਰਿਆਂ ਨਾਲੋਂ ਵਧੀਆ ਗਾ ਸਕਦੇ ਹਾਂ ਗੋਰਿਆਂ ਦੇ ਤਾਂ ਗਾਣੇ ਹੀ ਬਹੁਤ ਸੌਖੇ ਆ ਫੀਲਿੰਗ ਹੁੱਟ ਹੁੱਟ ਜਾਂ ਚੰਗਾ ਨੇ ਆਈ ਲਾਈਕ ਟੂ ਮੂਵ ਇਟ ਮੂਵ ਇਟ ਯੂ ਲਾਈਕ ਟੂ ਮੂਵ ਇਟ ਸਾਨੂੰ ਪੂਰਾ ਐਸੇ ਲਿਖਣਾ ਪੈਂਦਾ ਸਾਨੂੰ ਸਟੋਰੀ ਬਣਾਉਣੀ ਪੈਂਦੀ ਪਹਿਲੇ ਅੰਤਰੇ 'ਚ ਕੀ ਆ ਦੂਜੇ 'ਚ ਕੀ ਆ ਉਹਨਾਂ ਦੇ ਗਾਣੇ ਸੌਖੇ ਬਹੁਤ ਆ ਔਰ ਦੇਖ ਲਓ ਕਿੰਨੇ ਕਿੰਨੇ ਆ ਗੋਟ ਦਾ ਪਾਵਰ ਸਾਡੇ 'ਚ ਵੀ ਪਾਵਰ ਹੈਗੀ ਆ ਪਰ ਸਾਡੀ ਮਾਰਕੀਟ ਬਹੁਤ ਛੋਟੀ ਆ ਸਾਡੀ ਪੰਜਾਬੀ ਦੀ ਜਿਹੜੀ ਮਾਰਕੀਟ ਬਹੁਤ ਛੋਟੀ ਆ ਔਰ ਉਹਦੇ ਵਿੱਚੋਂ ਵੀ ਸਾਨੂੰ ਫਿਰ ਉਸ ਤਰੀਕੇ ਨਾਲ ਆਰਟਿਸਟਾਂ ਨੂੰ ਸਪੋਰਟ ਨਹੀਂ ਕੀਤਾ ਜਾਂਦਾ ਡਿਸਕਰੇਜ ਕਰਨ ਵਾਲੇ ਵੀ ਬਹੁਤ ਆ ਨਹੀਂ ਇੱਦਾਂ ਆ ਫਲਾਨਾ ਹੈ ਜੇ ਪਰ ਥੋੜ੍ਹਾ ਜਿਹਾ ਸਪੋਰਟ ਕਰੋ ਕਿ ਅਸੀਂ ਆਪਣਾ ਸਟੈਂਡਰਡ ਉੱਥੇ ਲੈ ਕੇ ਜਾ ਸਕਦੇ ਮੇਰੇ ਕਹਿਣ ਦਾ ਇਹ ਨਿਆਣਿਆਂ ਨੂੰ ਸ਼ੁਗਲ ਵੀ ਕਰੀਏ ਕਿ ਜਿਹੜੇ ਇਹ ਗਾਣੇ ਬਣੇ ਸੀ ਆਈ ਲਾਈਕ ਟੂ ਮੂਵ ਇਟ ਜਿਹੜੇ ਉਹ 'ਚ ਕੀ ਆ ਹੂ ਲੈਟਸ ਦਾ ਡੌਗਸ ਆਊਟ ਹਾਂ ਕੋਈ ਪੰਜਾਬ ਦੇ ਵਿੱਚ ਕੋਈ ਸੋਚੂਗਾ ਕਿ ਆਹ ਗਾਣਾ ਵੀ ਹੋਊਗਾ ਅਸੀਂ ਤਾਂ ਹਜ਼ਾਰ ਗੁਣਾ ਵਧੀਆ ਲੈ ਸਕਦੇ ਹਾਂ ਹਾਂ ਔਰ ਉਹ ਸਾਰੇ ਪਾਸੇ ਜਾ ਸਕਦਾ ਐਗਜ਼ੈਕਟਲੀ ਸੋ ਗੋਰਿਆਂ ਦਾ ਗੀਤ ਗੋਰਿਆਂ ਦੀ ਫਿਲਮ ਸੀ ਬੈਂਡਿਟ ਲਾਈਫ ਬੇਕਮ ਹਾਂਜੀ ਉਹਨਾਂ ਦੇਖੋ ਗਾਣਾ ਆਪਣਾ ਯੂਜ਼ ਕੀਤਾ ਜਿੰਦ ਮਾਹੀ ਜੇ ਚੱਲਿਓ ਪ੍ਰਦੇਸ ਕਦੀ ਨਾ ਭੁੱਲੀ ਆਪਣਾ ਦੇਸ਼ ਇੱਦਾਂ ਦੇ ਗਾਣੇ ਹੋਰ ਆਉਣੇ ਚਾਹੀਦੇ ਆ ਇੱਦਾਂ ਦੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਔਰ ਜੇ ਤੁਸੀਂ ਸਾਥ ਦਿਓ ਤਾਂ ਅਸੀਂ ਪੰਜਾਬੀ 뮤직 ਨੂੰ ਉਸ ਸਟੈਂਡਰਡ 'ਤੇ ਮੇਰੀ ਵਿਸ਼ ਆ ਕਿ ਜਾਣ ਤੋਂ ਪਹਿਲਾਂ ਮੇਰੇ ਜਾਣ ਤੋਂ ਪਹਿਲਾਂ ਮੈਂ ਕੁਛ ਨਾ ਕੁਛ ਕਰ ਜਾਵਾਂ ਐਬਸੋਲੂਟਲੀ ਹੋਰ ਕੋਈ ਵੀ ਮੈਸੇਜ ਜਾਣ ਤੋਂ ਪਹਿਲਾਂ ਸਾਡੇ ਵਿਊਅਰਸ ਲਈ ਥੈਂਕ ਯੂ ਵੈਰੀ ਮੱਚ ਜੀ ਮੈਂ ਬਹੁਤ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੇਰੇ 뮤직 ਨੂੰ ਪਿਆਰ ਕਰਦੇ ਆ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹੋ ਔਰ ਮੈਂ ਮੇਰੇ ਲਈ ਦੁਆ ਕਰਿਓ ਮੈਂ ਤੁਹਾਡੇ ਲਈ ਦੁਆ ਕਰਦਾ ਤੁਸੀਂ ਜਿੱਥੇ ਵੀ ਰਹੋ ਚੜ੍ਹਦੀ ਕਲਾ 'ਚ ਰਹੋ ਔਰ ਮੇਰੇ ਲਈ ਤੁਸੀਂ ਦੁਆ ਕਰੋ ਕਿ ਮੈਂ ਚੰਗਾ ਲਿਖਦਾ ਰਹਾਂ ਪਰਮਾਤਮਾ ਚੰਗੀ ਸਿਹਤ ਦੇਵੇ ਅਤੇ ਕਹਿੰਦੇ ਉਹਨੇ ਸਿਹਤ ਦੇ ਨਾਲ ਹੀ ਸਾਰਾ ਆ ਬੰਦਾ ਕਹਿੰਦਾ ਨਾ ਬਈ ਲੈ ਵੀ ਫਲਾਨਾ ਤਾਂ ਨੱਚਦਾ ਅਤੇ ਗਾਉਂਦਾ ਫਿਰਦਾ ਹੈ ਨਾ ਆਪਾਂ ਕਹਿੰਦੇ ਨੇ ਉਹਨੂੰ ਕੋਈ ਫਿਕਰ ਨਹੀਂ ਜਿੰਨਾ ਜਦੋਂ ਫਿਕਰ ਨਹੀਂ ਜਾਂ ਜਦੋਂ ਜਿਹੜਾ ਨੱਚਣਾ ਗਾਉਣਾ ਇਹ ਸਭ ਤੋਂ ਔਖਾ ਆ ਅੰਦਰੋਂ ਮਨ ਜਦੋਂ ਖੁਸ਼ ਹੋਊਗਾ ਨਾ ਮਨ ਖੁਸ਼ ਹੁੰਦਾ ਤਾਂ ਫਿਰ ਬੰਦਾ ਨੱਚ ਗਾ ਸਕਦਾ ਤੁਸੀਂ ਦੇਖੋ ਜਦੋਂ ਪਾਰਟੀ 'ਤੇ ਵੀ ਜਾਂਦੇ ਆ ਤੁਸੀਂ ਖੁਸ਼ੀ 'ਤੇ ਨੱਚਦੇ ਗਮੀ 'ਚ ਥੋੜ੍ਹਾ ਨੱਚਿਆ ਜਾ ਸਕਦਾ ਤੁਹਾਡਾ ਦਿਲ ਖੁਸ਼ ਹੁੰਦਾ ਤੁਸੀਂ ਫਿਰ ਨੱਚਦੇ ਹੋ ਸੋ ਪਰਮਾਤਮਾ ਕਰੇ ਤੁਹਾਡਾ ਵੀ ਦਿਲ ਖੁਸ਼ ਰਹੇ ਸਾਡਾ ਵੀ ਇੱਦਾਂ ਹੀ ਦਿਲ ਖੁਸ਼ ਰਹੇ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਗੀਤ ਲੈ ਕੇ ਆਉਂਦਾ ਰਹਾਂ 뮤직 ਵੇਵਸ ਸਾਡੀ ਕੰਪਨੀ ਦਾ ਵੀ ਬਹੁਤ ਧੰਨਵਾਦੀ ਸਰਦਾਰ ਕੁਲਵਿੰਦਰ ਸਿੰਘ ਉਹਨਾਂ ਦਾ ਔਰ ਗੁਰਵਿੰਦਰ ਸਾਰੀ ਟੀਮ ਦਾ ਐਂਡ ਸਾਡੇ ਸਟੈਲਿਨ ਜਿਹਨੇ ਵੀਡੀਓ ਬਣਾਈ ਜੇ ਕੇ ਨੇ 뮤직 ਕੀਤਾ ਐਂਡ ਸਾਰਿਆਂ ਦਾ ਪਾਰਟ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਸੋ ਮੋਬਾਈਲ ਗਾਣਾ ਇਜ਼ ਆਊਟ ਸੋ ਚੱਕੋ ਆਪਣੇ ਮੋਬਾਈਲ ਤਾਂ ਵੀਡੀਓਜ਼ ਅਤੇ ਰੀਲਸ ਬਣਾਓ ਟੈਗ ਅਸ ਇਨ ਇਟ ਹਾਂ ਬਿਲਕੁਲ ਐਂਡ ਸਾਨੂੰ ਟੈਗ ਕਰੋ ਫਿਰ ਅਸੀਂ ਵੀ ਦੇਖੀਏ ਕਿ ਤੁਸੀਂ ਕਿਵੇਂ ਆਪਣੇ ਮੋਬਾਈਲ ਨੂੰ ਆਪਣੇ ਨਾਲ ਰੱਖਦੇ ਆ ਆਪਣੇ ਆਪਣੇ ਮੋਬਾਈਲ ਚੱਕੋ ਤੇ ਮੋਬਾਈਲ ਤੋਂ ਨਾਲ ਦੀ ਨਾਲ ਹੀ ਸ਼ੇਅਰ ਕਰੀ ਚੱਲੋ देयर यू गो देयर इट इज ਸ਼ੇਅਰ ਕਰੀ ਚੱਲੋ ਤੇ ਸ਼ੇਅਰ ਬਣੋ देयर यू गो ਨੈਕਸਟ ਟ੍ਰੈਕ ਕਮਿੰਗ ਆਊਟ ਸੂਨ